ਡਾਂਡਿਆਂ ਦੇ ਨਾਲ ਖੇਡ ਮੈਂ ਚੱਲਾ ਆਹ ਦੇਖ ਲੱਗ ਗਈ ਪਹਿਲੀ ਕਬੱਡੀ ਦੇ ਪਹਿਲਾਂ ਹੀ ਜੱਫਾ ਕਰ ਗਿਆ ਕਾਬੂ ਇਸ ਵੇਲੇ ਦੇਖ ਇਸ ਟਾਈਮ ਕਿ ਰੱਬਾ 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 ਮੈਨੂੰ ਮਾਹੀ ਪਾਕਿਸਤਾਨ ਦਾ ਮਾਣ ਇੰਟਰਨੈਸ਼ਨਲ ਕਬੱਡੀ ਪਲੇਅਰ ਕਬੱਡੀ ਪਾਂਚਾ ਕਮਾਲਪੁਰ ਦੀ ਧਰਤੀ ਦਾ ਉੱਪਰ ਦਾ ਸਟਾਰ ਕਰਦਾ ਪਿਆ ਕਮਾਲਾ ਬੂਬਾ ਵਾਲਾ ਚੱਲ ਵੇ ਇੱਧਰ ਵੇਖ ਮੁਸ਼ਕੀ ਰੰਗ ਹੈ ਕਿਸੇ ਨੇ ਮਜਨੂੰ ਕਿਹਾ ਤੇਰੀ ਲਾਲਾ ਕਾਲੀ ਆ ਹੁਣ ਕਿਹਾ ਤੇਰੀ ਅੱਖ ਨੀ ਵੇਖਣ ਵਾਲੀ ਹੈ ਕਰਦਾ ਪਿਆ ਕਮਾਲ ਬੂਬਾ ਵਾਲਾ ਅੱਗੋਂ ਟੌਪ ਲੈਵਲ ਦਾ ਜਾਫੀ ਪੰਜਾਬ ਸਰਨਾਲੇ ਦੀ ਧਰਤੀ ਨਾਲ ਤਿਲਕ ਟਕ 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 ਹੁੰਦੀ ਪਈ ਸੂਈ ਦੀ ਘੜੀ ਲੇਕਿਨ ਭੈਣ ਜੁੜ ਗਿਆ ਬੂਬਾ ਵਾਲਾ ਅਗਲੀ ਕਬੱਡੀ ਪਾਉਣ ਵਾਸਤੇ ਚੱਲ ਬਈ ਅਗਲੀ ਰੇਡ ਪਾਉਣ ਵਾਸਤੇ ਚੱਲ ਬਈ ਆ ਗਿਆ ਅਸਰ ਚੱਟ ਪੈਂਟੀ ਇਸ ਟਾਈਮ ਪੰਜਾਬ ਜੀਂਬੇ ਸਠਿਆਲੇ ਦੇ ਵੱਲੋਂ ਚਾਰ ਜਾਫੀ ਤਿਆਰ ਬਰ ਤਿਆਰ ਖੇਡ ਮੈਦਾਨ ਦੇ ਅੰਦਰ ਇਸ ਟਾਈਮ ਚਾਰ ਜਾਫੀ ਅਮਰ ਸ਼ਕੀਲ ਵਿਦੇਸ਼ੇ ਦੇ ਇਹ ਕੰਨੀ ਅਸਰ ਸੰਘੇੜਾ ਖੜਾ ਲਓ ਅਸਰ ਸੰਘੇੜੇ ਦੇ ਨਾਲ ਹੋਈ ਆ ਟੱਕਰ ਲੇਕਿਨ ਦੇਖਾਂਗੇ ਅਸਰ ਚੱਟ ਪੈਂਟੀ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ ਇਹ ਕਰੀ ਤਾੜੀ ਮਾਰ ਦਿਓ ਪੈਂਟੀ ਵਾਸਤੇ ਲੈ ਨਵਾਜ ਭਾਈ ਚੱਕ ਲਾ ਮੈਂ ਕਦੇ ਕਰਦੇ ਗੱਲ ਮੁੰਡੇ ਦੀ ਨਵੀਨ ਵਿਦੇਸ਼ਾ ਹੈ ਰੇਡ ਦੇ ਉੱਤੇ ਲਓ ਜੀ ਕਬੱਡੀ ਪਾਉਣ ਵਾਸਤੇ ਆ ਗਿਆ ਜੱਟਾਂ ਦਾ ਪੋਤੇ ਚੱਲ ਨੀ ਸੋਹਣਿਆ ਪਾਖ ਹੈ ਜਿਹੜਾ ਕਬੱਡੀ ਆ ਗਿਆ ਨਵੀਦ ਬੰਦੇਸ਼ਾ ਨਬੀਲ ਬੰਦੇਸ਼ਾ ਆ ਗਿਆ ਕਬੱਡੀ ਦੇ ਬਾਰੇ ਉੱਤੇ ਔਰ ਬਹੁਤ ਸ਼ੁਕਰੀਆ ਉਸਤਾਦ ਰਫੀਕ ਜੀ ਤੁਹਾਡੀ ਮੁਹੱਬਤ ਔਰ ਉਸਤਾਦ ਅਕਰਾਮ ਜੀ ਔਰ ਸਾਡੇ ਭਾਈ ਤਨਵੀਰ ਮੁਗਲ ਸਾਹਿਬ ਇਹ ਸਾਡੇ ਰੈਫਰੀ ਆ ਔਰ ਆ ਗਿਆ ਕਬੱਡੀ ਪਾਉਣ ਵਾਸਤੇ ਔਰ ਸਠਿਆਲੇ ਵਾਲੇ ਹੋ ਜਾਓ ਕੈਮ ਜਰਾ ਆਹ ਦੇਖ ਫੌਜੀ ਅਸਗਰ ਮਾਰਿਆ ਟੱਚ ਇਸ ਵੇਲੇ ਨੰਬਰ ਹੋ ਗਿਆ ਰੇਡਰ ਦੇ ਖਾਤੇ ਨੰਬਰ ਹੋ ਗਿਆ ਰੇਡਰ ਦੇ ਖਾਤੇ ਲੌਂਗਲੀ ਕਬੱਡੀ ਪਾਉਣ ਵਾਸਤੇ ਫਿਰ ਤਿਆਰ ਬਰ ਤਿਆਰ ਆ ਗਿਆ ਕਬੱਡੀ ਦੇ ਬਾਰੇ ਉੱਤੇ ਆਸ਼ਰ ਪਠਾਣ ਚੱਲ ਵੀ ਪਠਾਣਾ ਪਾਖ ਆ ਜਿਹੜਾ ਕਬੱਡੀ ਕਿ ਜਿਹੜੀਆਂ ਲੈਣ ਉਡਾਰੀਆਂ ਨਾਲ ਬਾਸਾ ਉਹ ਬੁਲਬਲਾਂ ਥੱਕ ਮਰਿੰਦੀਆਂ ਨੇ ਤੇ ਉਹਨਾਂ ਹਰਨੀਆਂ ਦੀ ਯਾਰੋ ਆਣ ਪੁੱਜੀ ਔਰ ਜਿਹੜੀਆਂ ਸ਼ੇਰ ਦੀ ਜੂਹ ਚੋਂ ਪਾਣੀ ਪੀਂਦੀਆਂ ਨੇ ਤੇ ਨਸਲਾਂ ਆਪੋ ਆਪਣੇ ਜ਼ੋਰ ਦੱਸਣ ਔਰ ਜਦ ਉਖਲੀ ਗੱਤ ਛਡੀਆਂ ਨੇ ਵਾਰਸ ਸ਼ਾਹ ਜੋ ਲਿਖੀਆਂ ਤੋੜਦੀਆਂ ਕੰਧ ਕਿਸੇ ਤੋਂ ਮੂਲ ਮਟੇਂਦੀਆਂ ਨੇ ਹਸਨੈਨ ਸੰਘੇੜਾ ਪਰ ਨੰਬਰ ਹੋ ਗਿਆ ਪਠਾਣ ਦਾ ਪਿੰਡ ਵਾਲਿਓ ਇੱਕ ਵਾਰੀ ਮਾਰੋ ਖਜਰਾ ਤਾੜੀ ਆਪਣੇ ਪਿੰਡ ਦਾ ਨੰਬਰ ਹੋ ਗਿਆ ਪਾਉਣ ਵਾਸਤੇ ਆ ਗਿਆ ਬੂਬਾ ਵਾਲਾ ਚੱਲ ਬਈ ਬਾਲਿਆ ਪਾ ਦੇ ਕਬੱਡੀ ਪਿੰਡ ਪੰਚਾ ਕਮਾਲਪੁਰ ਉਪ ਨੁਮਾਇੰਦਗੀ ਕਰਦਾ ਮੁੰਡਾ ਉਹ ਵੇਖ ਕੱਚ ਚੌੜੀ ਛਾਤੀ ਆ ਮੁੰਡੇ ਦੀ ਵਾਲਿਆਂ ਦਾ ਸ਼ੇਰ ਪੁੱਤ ਹੈ ਉਹ ਵੇਖ ਕੇ ਜਦ ਵੀ ਕਾਣੀ ਵੰਡ ਹੁੰਦੀ ਏ ਕਾਬੇ ਨੂੰ ਹੀ ਕੰਡ ਹੁੰਦੀ ਏ ਤੇ ਸਿਰ ਦਾ ਭਾਰ ਤੇ ਉਹ ਹੀ ਜਾਣੇ ਜਿਹਦੇ ਸਿਰ ਤੇ ਪੰਡ ਹੁੰਦੀ ਏ ਤੇ ਵਿੱਚ ਸ਼ਰੀਕੇ ਮੂੰਹ ਤੇ ਵੱਜੀ ਕੱਲ ਵੀ ਸੱਜਣੋ ਚੰਡ ਹੁੰਦੀ ਏ ਕਬੱਡੀ ਪਾਉਣ ਵਾਸਤੇ ਆ ਗਿਆ ਬੰਟੀ ਚੱਲ ਬਈ ਜੱਟ ਦੁਨੀਆ ਪੁਰ ਵਾਲੇ ਦੀ ਰੇਡ ਕੋਠੇ ਚਿੱਟਾ ਗੱਭਰੂ ਹੈ ਮੁੰਡਾ 143 ਦਾ ਬੈਸਟ ਪੰਜਾਬ ਸਠਿਆਲੇ ਦੀ ਧਰਤੀ ਅੰਬਰ ਸਟੀਲ ਵਿਦੇਸ਼ੇ ਦਾ ਆ ਲੱਗ ਗਿਆ ਹਸਨੈਨ ਹਸਨੈਨ ਆਪ ਦਾ ਕਜ਼ਨ ਮੁੰਡਾ ਕਰਦਾ ਪਿਆ ਕਮਾਲਾ
ਚੱਕਾ ਕਰ ਗਿਆ ਜਾਮ, ਤਾੜੀ ਬਣਦੀ ਤੇ ਮਾਰ ਦਿਓ, ਭੈਣ ਜੋੜ ਗਿਆ ਸਟਾਪ ਲੈਣ ਦੇ ਖਾਤੇ। ਸੋ ਵਧੀਆ ਪੁਆਇੰਟ ਇਸ ਟਾਈਮ ਸਟਾਪ ਲੈਣ ਦੇ ਖਾਤੇ ਜੁੜਿਆ ਉਹਨਾਂ ਜਾਮ ਮੁੰਡੇ ਪਿੰਡ ਦੇ ਖਾਤੇ। ਅੰਬਰ ਸ਼ਕੀਲ ਵਧੀਆ ਸ਼ੇ ਦੇ ਬੱਬਰ ਸ਼ੇਰ ਨੇ ਲੱਖਾਂ ਦੇ ਪੁਆਇੰਟ ਦਾ ਕੀਤਾ ਵਾਧਾ। ਲੋ ਦੂਏ ਪਾਸੇ ਫਿਰ ਰੇਡ ਆ ਗਿਆ ਇਸ ਟਾਈਮ ਨਬੀਲ ਵਿਦੇਸ਼ਾ, ਵਿਦੇਸ਼ੀਆਂ ਦਾ ਪੁੱਤ ਹੈ। ਉਧਰ ਚਾਰ ਜਾਫੀ ਪੰਜਾਬ ਸਠਿਆਲੇ ਦੇ ਉਸਤਾਦ ਰਫੀਕ ਜੱਟ ਦੇ ਬੱਬਰ ਸ਼ੇਰ, ਫੈਸਲ ਜੱਟ ਖੜਾ, ਫੌਜੀ ਅਸਗਰ ਖੜਾ। ਇਸ ਟਾਈਮ ਕਹਿੰਦੇ ਬਈ ਅੰਬਲ ਸੰਧੂ 51 ਸਜਾਦਾ ਵਾਲਾ ਚਾਰ ਜਾਫੀਆਂ ਦੇ ਕੁੰਬ ਦੀ ਲੱਗ ਗਿਆ ਫੈਸਲ ਜੱਟ, ਫੈਸਲ ਜੱਟ ਲੱਗਾ ਹੋਇਆ। ਤਾੜੀ ਮਾਰ ਦਿਓ ਬਣਦੀ ਹੈ ਤੇ ਬਈ ਫੈਸਲ ਜੱਟ ਵਾਸਤੇ ਉਹ ਤਾੜੀ ਤਾੜੀ। ਤੀਆਂ ਸਕਿੰਟਾਂ ਦਾ ਸਮਾਂ, ਟੱਕ 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 ਕਰਕੇ ਚੱਲਦੀ ਹੋਈ ਘੜੀ। ਲੇਕਿਨ ਦੇਖਾਂਗੇ ਪੁਆਇੰਟ, ਇਸ ਟਾਈਮ ਪੁਆਇੰਟ ਰੇਡਰ ਦੇ ਖਾਤੇ ਜੁੜਿਆ ਰਾਣਾ ਮੁਹੰਮਦ ਇਕਰਾਮ ਸਾਹਿਬ, ਉਹਨਾਂ ਦਾ ਇਸ਼ਾਰਾ ਜੀ ਨਵਾਜ ਭਾਈ ਆਸ਼ਰ ਆ ਗਿਆ ਫਿਰ ਕਬੱਡੀ ਪਾਉਣ ਵਾਸਤੇ। ਆਸ਼ਰ ਪਠਾਨ ਚੱਲ ਵੀ ਪਠਾਣਾ ਪਾਖ ਹੈ ਜਿਹੜਾ ਕਬੱਡੀ ਕੇ ਜੋ ਮਜ਼ਾ ਨਸਵਾਰ ਮੇ ਨਾ ਹੋਤਾ ਹੈ ਮੋਟਰ ਮੇ ਨਾ ਕਾਰ ਮੇ। ਆ ਗਿਆ ਪਠਾਣਾ ਦਾ ਸ਼ੇਰ ਪੋਤੇ, ਚੱਲ ਵੀ ਸੋਹਣਿਆ ਪਾ ਕਬੱਡੀ। ਚਾਰ ਸ਼ੇਰ ਰੰਜਾ ਮੁੰਡੇ ਪਿੰਡ ਦੇ ਖਲੋਤੇ ਆ, ਔਰ ਆਹ ਦੇਖ ਚੱਕ ਲਈ ਆ ਖੋਚ ਇਸ ਵੇਲੇ ਦੇਖ ਕਰਦਾ ਹੋਇਆ ਮੁੰਡਾ ਕਮਾਲ। ਆਹ ਬੱਲੇ ਬੱਲੇ ਆਦਲ ਬੰਦੇ ਸ਼ਾਹ, ਹਾਏ ਜੱਟਾਂ ਦਾ ਪੁੱਤ ਤੇ ਪਠਾਨ ਨੰਬਰ ਹੁਣ ਖਾਲੇ ਬੱਦਲ ਦੀ ਵਿਸਲ ਕੇ ਨੰਬਰ। ਰਫੀਕ ਪਹਿਲਵਾਨ ਜੀ ਉਸਤਾਦ ਜੀ ਇੱਧਰ ਗਰਾਊਂਡ ਦੇ ਵਿੱਚ ਤਸ਼ਰੀਫ ਲੈ ਕੇ ਆਓ। ਜਨਾਬ ਰਾਸ਼ਦ ਪਹਿਲਵਾਨ ਸਾਹਿਬ ਸੱਦ ਰਹੇ ਆ ਸਾਡੇ। ਹਾਂਜੀ ਆਓ ਜੀ, ਜਿਹੜਾ ਰਫੀਕ ਪਹਿਲਵਾਨ ਜੀ ਆਓ। ਲੋ ਕਬੱਡੀ ਪਾਉਣ ਵਾਸਤੇ ਆ ਗਿਆ ਪਾਕਿਸਤਾਨ ਦਾ ਮਾਨ, ਬਾਹਰਲੇ ਮੁਲਕਾਂ ਦੇ ਵਿੱਚ ਝੰਡੇ ਗੱਡਣ ਵਾਲਾ ਮੁੰਡਾ ਆ ਗਿਆ। ਕਹਿੰਦੇ ਵਾਲਿਆਂ ਦਾ ਸ਼ੇਰ ਪੋਤੇ ਕਿ ਨਹੀਂ ਪਿੜ ਵਿੱਚ ਮਾਰਦਾ ਦੱਬ ਵਾਲਾ, ਕਰ ਜਾਂਦਾ ਹੈ ਵੱਖਰੇ ਕੰਮ ਵਾਲਾ, ਇਹਨੂੰ ਛੇੜ ਕੇ ਕਿਸੇ ਨੇ ਕੀ ਲੈਣਾ, ਬਣ ਜਾਂਦਾ ਹੈ ਲੋਹੇ ਦਾ ਥੰਮ ਵਾਲਾ, ਸੰਧੂਆਂ ਦਾ ਪੁੱਤ ਟਰਾਈਆਂ ਕਰਦਾ। ਪਰ ਨੰਬਰ ਹੋ ਗਿਆ ਇਸ ਵੇਲੇ ਜਿਹੜਾ ਮਹਿਬੂਬ ਵਾਲੇ ਦਾ। ਆਹ ਫੈਜ਼ ਸੂਲ ਇਸ ਭਰਾ ਦੀ ਗੱਲ ਦੱਸਦਾ ਆ, ਕਹਿੰਦਾ ਇਸ ਮੁੰਡੇ ਦੇ ਜਦੋਂ ਚੈਂਪੀਅਨਸ਼ਿਪ ਦੇ ਵਿੱਚ ਕਹਿੰਦੇ ਲੱਖ ਲੱਖ ਰੁਪਈਏ ਦੀ ਰੇਡ ਤੇ ਲੱਖ ਲੱਖ ਰੁਪਈਏ ਦੀਆਂ ਗੱਲਾਂ ਹੋਈਆਂ। ਆ ਗਿਆ ਕਬੱਡੀ ਪਾਉਣ ਵਾਸਤੇ ਬੰਟੀ, ਸਾਡੇ ਆਪਣੇ ਪਿੰਡ ਦੀ ਕਰਦਾ ਹੋਇਆ ਮੁੰਡਾ ਨੁਮਾਇੰਦਗੀ, ਔਰ ਸਾਡੇ ਮਹਿਮਾਨੇ ਖਸੂਸੀ ਦੀ ਪਹੁੰਚ। ਆਹ ਸਾਡੇ ਯਾਰ ਆ ਗਏ, ਮਿੱਤਰ ਆ ਗਏ ਆ, ਇਸ ਤੋਂ ਬਾਅਦ ਟੀਮਾਂ ਲਾਈਨ ਅਪ ਕਰ ਦੇਣੀ ਆਪਾਂ। ਇਹ ਪਹਿਲਵਾਨ ਦੀ ਟੀਮਾਂ ਲਾਈਨ ਅਪ ਕਰਕੇ ਫੇਰ ਪਰਾਹੁਣੇ ਪੈਣ ਨੂੰ ਲੈ ਕੇ ਆਉਣੇ ਆ। ਇਹ ਸਾਡੇ ਬੈਤੁਰ ਰਹਿਮਾਨ ਵੰਦੇਸ਼ਾ, ਸਾਡਾ ਜੱਟਾਂ ਦਾ ਬ੍ਰੈਂਡ ਪੋਤੇ, ਮਰੀਦ ਕੇ ਦੀ ਧਰਤੀ ਤੋਂ ਰਾਣਾ ਅਸਦ ਬਲਾਲ ਵਿਰਗ ਔਰ ਇਫਤਖਾਰ ਗੁੱਜਰ, ਇਹ ਸਾਡੇ ਕਾਰੀ ਸੁਲਮਾਨ ਦੇ ਮਿੱਤਰ ਆ ਗਏ ਆ, ਔਰ ਸਾਡੇ ਰਾਸ਼ਦ ਪਹਿਲਵਾਨ ਜੀ ਤੁਹਾਡਾ ਬਹੁਤ ਸ਼ੁਕਰੀਆ। ਇਹ ਸਾਡੇ ਮਹਿਮਾਨ ਆ ਗਏ ਆ, ਜੀਆਂ ਨੂੰ ਸਤਿ ਬਿਸਮਿਲ੍ਲਾ ਸਟੇਜ ਤੇ ਤਸ਼ਰੀਫ ਲੈ ਕੇ ਆਉਣਗੇ ਸਾਡੇ ਬੈਤੁਰ ਰਹਿਮਾਨ ਵੰਦੇਸ਼ਾ, ਸਾਡਾ ਜੱਟਾਂ ਦਾ ਬ੍ਰੈਂਡ ਪੋਤੇ। ਇਹ ਮਰੀਦ ਕੇ ਦੇ ਨੇੜੇ ਪਿੰਡਾਂ ਨੰਗਲ ਸਾਧਾ, ਇਹ ਸਾਡੇ ਮਿੱਤਰ ਉੱਥੋਂ ਪਹੁੰਚੇ ਹੋਏ ਕਾਰੀ ਸਲਮਾਨ ਨਾਲ ਪੱਕਾ ਜਰਾਨਾ ਆ। ਅੱਲਾ ਇਹਨਾਂ ਨੂੰ ਸਲਾਮਤ ਰੱਖੇ, ਮੈਚ ਮੁੱਕ ਲੈਂਦੇ ਬਾਕੀ ਡਾਟਾ ਆਪਾਂ ਸਾਰਾ ਦਿੰਦੇ ਹਾਂ। ਸਾ ਨੰਬਰ ਸਰੀਆ ਜੀ ਆ ਗਿਆ ਉਧਰਲੇ ਪਾਸੇ। ਸੋ ਵਧੀਆ ਪੁਆਇੰਟ ਇਸ ਟਾਈਮ ਰੇਡਰ ਦੇ ਖਾਤੇ ਜੁੜਿਆ, ਅਬਰਾਰ ਜੰਜੂਏ ਨੇ ਪੁਆਇੰਟ ਜੋੜਿਆ ਆਪਣੀ ਟੀਮ ਦੇ ਵਾਸਤੇ। ਲਓ ਇਹ ਕਰੀ ਤਾੜੀ ਮਾਰ ਦਿਓ ਤੁਹਾਡੇ ਆਪਣੇ ਪਿੰਡ ਵਾਲਾ ਗੱਭਰੂ, ਆ ਗਿਆ ਕਾਰੀ ਲੁਕਮਾਨ 75 ਸੋਲ ਦੀ ਧਰਤੀ ਉੱਤੇ ਬੱਲੇ ਬੱਲੇ ਕਰਵਾਉਣ ਵਾਲਾ ਮੂਰੀਓ ਲੱਗ ਗਿਆ ਆਦਲ ਵਿਦੇਸ਼ਾ। ਆਦਲ ਵਿਦੇਸ਼ੇ ਦੇ ਨਾਲ ਹੋਈ ਆ ਟੱਕਰ, ਇਸ ਟਾਈਮ ਪੂਰਾ ਪਟਾਕਿਆਂ ਵਾਲਾ ਸਵਾਦ ਕਿ ਰੱਖ ਹੌਸਲਾ ਜਵਾਨਾ, ਉਹ ਗੱਲਾਂ ਕਰੂਗਾ ਤੇਰੀਆਂ ਵੀ ਜ਼ਮਾਨਾ, ਉਦੋਂ ਤੇਰੀ ਵੀ ਹਰ ਪਾਸੇ ਚੜ੍ਹਾਈ ਹੋਵੇਗੀ, ਉਦੋਂ ਤੇਰੀ ਵੀ ਫੋਟੋ ਟੀਵੀ ਅਖਬਾਰਾਂ ਉੱਤੇ ਆਈ ਹੋਵੇਗੀ। ਇੱਧਰ ਆ ਜਵਾਨਾ, ਇੱਧਰ ਆ, ਇੱਧਰ ਆ ਮਲਕ ਆਇਆ ਯਾਰ ਨੋਟਾਂ ਦੀ ਬੋਰੀ ਲੈ ਕੇ, ਇੱਧਰ ਆ ਤੇਰਾ ਮਾਣ ਕਰੀਏ, ਇੱਧਰ ਆ ਕੌਡੀ ਵੱਡੀ ਕਰੀਏ, ਹੁਣ ਰੌਲੇ ਰੱਪੇ ਬੜੇ ਪੈ ਗਏ, ਹੁਣ ਕੌਡੀ ਵੱਡੀ ਕਰੀਏ, ਇੱਧਰ ਆ ਇੱਧਰ ਆ ਸਟੇਜ ਤੇ ਸਾਡੇ ਅੱਜ ਦੇ ਸੋਹਣੇ ਮੁੱਖ ਮਹਿਮਾਨ ਚੀਫ ਗੈਸਟਾਂ ਦੇ ਵਿੱਚ। ਵੱਡੀਆਂ ਪੱਗਾਂ ਵੱਡੀਆਂ ਚਦਾਵਾਂ ਮਲਕ ਵੱਲੋਂ ਹਰ ਰੇਡਰ ਜਾਫੀ ਨੂੰ ਮਾਇਆ ਦੇ ਗੱਫੇ ਜੀ। ਇੱਧਰ ਵੇਖ ਮੁੰਡਾ ਕਰਦਾ ਪਿਆ ਕਮਾਲਾ, ਚੌਂ ਜਾਫੀਆਂ ਦੀ ਲੈਣ ਦੇ ਵਿੱਚ ਮਲਕ ਅਜਾਜ਼ ਸਾਹਿਬ।
ਲਓ ਆ ਗਿਆ ਫਿਰ ਕਬੱਡੀ ਪਾਉਣ ਵਾਸਤੇ ਆਸ਼ਰ ਪਠਾਨ ਔਰ ਸਾਡੇ ਪਹਿਲੋਂ ਵੀ ਬੰਦੇ ਸੀ ਤੇ ਮਲਕ ਬੈਠੇ ਹੋਏ ਆ ਸਟੇਜ ਤੇ ਹੁਣ ਫਿਰ ਸਾਡੇ ਸ਼ੇਰਾਂ ਦਾ ਝੁੰਡ ਆਣ ਕੇ ਬਹਿ ਗਿਆ ਬੈਦੁਰ ਰਹਿਮਾਨ ਬੰਦੇਸ਼ਾ ਸਾਡੇ ਮਰੀਦ ਕੇ ਦੀ ਧਰਤੀ ਤੋਂ ਮਿੱਤਰ ਪਹੁੰਚੇ ਹੋਏ ਔਰ ਉਹ ਦੇਖ ਨਿਕਲ ਕੇ ਫਿਰ ਲੱਗ ਗਿਆ ਇਸ ਵੇਲੇ ਹਸਨੈਨ ਪਰ ਨੰਬਰ ਹੋ ਗਿਆ ਸਾਡੇ ਆਪਣੇ ਪਿੰਡ ਦਾ ਨੰਬਰ ਹੋ ਗਿਆ ਸਾਡੇ ਆਪਣੇ ਪਿੰਡ 50 ਸਠਿਆਲੇ ਦਾ ਅੱਲਾ ਪਾਕ ਸਲਾਮਤ ਰੱਖੇ ਮੈਚ ਦਾ ਹਾਫ ਹੋ ਗਿਆ ਜੀ ਭਾਜੀ ਪੁਆਇੰਟ ਦੱਸੋ ਜਰਾ ਵਾਟਰ ਬ੍ਰੇਕ ਟਾਈਮ ਓਵਰ ਲਿਆ ਗਿਆ ਜੀ ਟਾਈਮ ਓਵਰ ਸੱਟ ਮਹਿਸੂਸ ਕੀਤੀ ਰੱਬ ਸਲਾਮਤ ਰੱਖੇ ਇਹ 271 ਕਹਿੰਦੇ ਖੂਨੀ ਸਰਿਆਲੇ ਦੇ ਵਿੱਚ ਭਾਈ ਫੈਸੂਲ ਜੇ ਮੀਡੀਆ ਵਾਲਾ ਨਾ ਮੈਂ ਕਹਿੰਦਾ ਕਬੱਡੀ ਦੀ ਜਾਣਕਾਰੀ ਵੀ ਪੂਰੀ ਰੱਖਦਾ ਆ ਕਹਿੰਦੇ ਵੀ 271 ਖੂਨੀ ਸਰਿਆਲੇ ਦੇ ਵਿੱਚ ਵੀ ਮੁੰਡਾ ਬੈਸਟ ਹੋਇਆ ਆ ਮਾਲਕ ਸਲਾਮਤ ਰੱਖੇ ਸੱਟ ਮਹਿਸੂਸ ਕੀਤੀ ਸਾਡੇ ਵੀਰ ਲਓ ਜੀ ਭਾਈ ਸਿਕੰਦਰ ਪੂਰੀਆਂ ਗੱਲਾਂ ਨਹੀਂ ਦੱਸੀ ਚਾਹੀਦੀਆਂ ਉਹਨੀਆਂ ਲਾਈਵ ਚੱਲਣ ਦੇ ਤੁਸੀਂ ਕਲਿੱਪ ਕੱਟ ਕੇ ਪਾ ਦਿੰਦੇ ਹੁੰਦੇ ਮੁੜ ਕੇ ਸਾਰੀ ਦੁਨੀਆ ਦੇਖਦੀ ਆ ਔਰ ਰੱਬ ਸਲਾਮਤ ਰੱਖੇ ਵੀਰੇ ਇਹ ਸਾਡੇ ਖਿਡਾਰੀ ਜਿਹੜੇ ਸਾਡੇ ਸਰਮਾਇਆ ਹੁੰਦੇ ਆ ਬਹੁਤ ਸ਼ੁਕਰੀਆ ਜੀ ਔਰ ਸਾਡੇ ਭਾਈ ਅਬੈਦਰ ਰਹਿਮਾਨ ਉਹ ਭਾ ਪੁੱਤ ਉਹ ਹੈਲੋ ਤੁਹਾਨੂੰ ਕੀ ਦੇਖ ਪਿਆ ਬਹਿਜੋ ਟੇਕਿਆ ਇਹ ਵੀ ਉੱਥੇ ਇੱਕ ਦਰਸ ਸੀਗਾ ਜਿੱਥੋਂ ਇਹਨਾਂ ਨੇ ਸਾਰੀ ਤਲੀਮ ਹਾਸਲ ਕੀਤੀ ਲੋ ਕਬੱਡੀ ਪਾਉਣ ਵਾਸਤੇ ਆ ਗਿਆ ਫਿਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਆ ਗਿਆ ਮਹਿਬੂਬ ਵਾਲਾ ਚੱਲ ਵੀ ਵਾਲਿਆ ਪਾਖ ਜਿਹੜਾ ਕਬੱਡੀ ਔਰ ਸਰਕਾਰ ਬਾਦਸ਼ਾਹ ਸਰਕਾਰ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ ਕਿ ਬੇਅਕਲਾ ਬਾਜ਼ੀ ਜਿੱਤ ਜਾਂਦਾ ਅਕਲ ਵਾਲਾ ਬਾਜ਼ੀ ਹਾਰਦਾ ਹੀ ਉਹ ਵਾਰਸ ਸ਼ਾਨ ਮਾਣ ਕਰੀ ਵਾਰਸਾਂ ਦਾ ਰੱਬ ਬੇਵਾਰਸ ਕਰ ਮਾਰਦਾ ਹੀ ਰੱਬ ਬੇਵਾਰਸ ਕਰ ਮਾਰਦਾ ਹੀ ਪਿੰਡ ਵਾਲੇ ਇੱਕ ਵਾਰੀ ਉਸ ਬੰਦੇ ਨੂੰ ਅੱਲਾ ਦੀ ਕਸਮ ਲੱਗੇ ਜਿਹੜਾ ਇਸ ਮੁੰਡੇ ਲਈ ਤਾੜੀ ਨਾ ਮਾਰੇ ਆ ਗਿਆ ਕਾਰੀ ਸੁਲੇਮਾਨ ਦਾ ਨਿੱਕਾ ਵੀਰ ਆ ਗਿਆ ਕਾਰੀ ਲੁਕਮਾਨ ਚੱਲ ਵੀ ਅਬੈਦੁਰ ਰਹਿਮਾਨ ਬੰਦੇਸ਼ਿਆ ਇਸ ਮੁੰਡੇ ਨਾਲ ਤੈਨੂੰ ਡਾਢਾ ਪਿਆਰ ਆ ਆਹ ਤੇਰੇ ਪਿੰਡ ਦੀ ਨੁਮਾਇੰਦਗੀ ਕਰਕੇ ਆਇਆ ਮੁੰਡਾ ਇਫਤਖਾਰ ਗੁੱਜਰ ਆਹ ਬਲਾਲ ਵਿਰਕ ਰਾਣਾ ਸਦੇ ਆਹ ਦੇਖ ਨਿਕਲ ਕੇ ਫਿਰ ਮੁੰਡਾ ਲੱਗ ਗਈ ਇਸ ਵੇਲੇ ਬੰਦੇਸ਼ਿਆਂ ਦਾ ਸ਼ੇਰ ਤੁਹਾਡੀ ਬਰਾਦਰੀ ਲੱਗੀ ਪਰ ਗੱਡੀ ਤੇਜ਼ ਆ ਇੱਧਰ ਆ ਜਰਾ ਆ ਜਾ ਹੁਣ ਮਿੱਤਰ ਆ ਗਏ ਆ ਸਾਡੇ ਆ ਜਾ ਜਰਾ ਇੱਧਰ ਆ ਕਾਰੀ ਲੁਕਮਾਨ ਉਸਤਾਦ ਰਫੀਕ ਭਲਵਾਨ ਆਹ ਭਾਈ ਰਾਸ਼ਦ ਭਲਵਾਨ ਜੀ ਆ ਜਾ ਜਰਾ ਇੱਧਰ ਆ ਜਰਾ ਇਹ ਸਾਡੇ ਅਬੈਦੁਰ ਰਹਿਮਾਨ ਬੰਦੇਸ਼ਾ ਪੈ ਗਏ ਹੁਣ ਜੇਬਾਂ ਦੇ ਵਿੱਚ ਹੱਥ ਮਿੱਤਰਾਂ ਦੇ ਆ ਜਾ ਜਰਾ ਤੁਹਾਡੇ ਵੀ ਸਨਮਾਨ ਹੋਣੇ ਆ ਔਰ ਸਾਡੇ ਚੈਨਲ ਵਾਲਿਓ ਇਹ ਸਾਡੇ ਵੀਰ ਪਹੁੰਚੇ ਹੋਏ ਇਨਸ਼ਾਅੱਲਾ ਵੱਡੇ ਮਾਣ ਸਨਮਾਨ ਕਰਨ ਵਾਲੇ ਹਾਂ ਸਾ ਨੰਬਰ ਸਰੀਆ ਜੀ ਚੱਲ ਬਈ ਉਧਰਲੇ ਪਾਸੇ ਕਬੱਡੀ ਖੇਡ ਮੈਦਾਨ ਅੰਦਰ ਅਵਰਾਰ ਜੰਜੂਆ ਮੂਰੇ ਹੋਇਆ ਫੈਸਲ ਜੱਟ ਸਤਾਰ ਫੀਕ ਜੱਟ ਦਾ ਬਬਰ ਸ਼ੇਰ ਐਨ ਕਹਿੰਦੇ ਸ਼ਤੀਰੀਅਰ ਕੀ ਬਾਹਰ ਰੱਖੀ ਹੋਈ ਧੌਣ ਦੇ ਉੱਤੇ ਅਵਰਾਰ ਜੰਜੂਆ ਹਾਂ ਲੇਕਿਨ ਪੁਆਇੰਟ ਇਸ ਟਾਈਮ ਕਹਿੰਦੇ ਅਵਰਾਰ ਜੰਜੂਆ ਜੋੜ ਕੇ ਆਪਣੀ ਟੀਮ ਦੇ ਵਾਸਤੇ 49 ਮੁੰਡੇ ਫਿੰਡ ਦੇ ਖਾਤੇ ਆ ਗਿਆ ਅਸਦ ਜੱਟ ਪਿਆਰ ਨਾਲ ਬੰਡੀ ਕਹਿੰਦੇ ਆ ਇਸ ਟਾਈਮ ਬੱਲੇ ਬੱਲੇ ਕਰਵਾਈ ਆਉਂਦਾ ਕਹਿੰਦਾ ਕੌਡੀ ਕਰਦਾ ਮੈਂ ਆ ਗਿਆ ਮੈਦਾਨ ਵਿੱਚ ਆਏ ਮੂਰੇ ਜਾਣ ਹੈ ਜੜੇ ਸਾਨ ਵਿੱਚ ਉਧਰ ਸਾਡੇ ਮਹਿਮਾਨ ਖਸੂਸੀ ਇਸ ਟਾਈਮ ਸਟੇਜ ਦੀ ਬਣੇ ਹੋਏ ਨੇ ਜ਼ੀਨਤ ਅਬੈਦੁਰ ਰਹਿਮਾਨ ਬਦੇਸ਼ਾ ਸਾਹਿਬ ਸੋ ਖਿੜੇ ਮੱਥੇ ਖੁੱਲੀਆਂ ਬਾਹਾਂ ਔਰ ਜਨਾਬ ਬਲਾਲ ਵਿਰਕ ਸਾਹਿਬ ਔਰ ਨਾਲ ਜੀ ਨਾਲ ਉਹਨਾਂ ਦੇ ਦੇਖਦੇ ਵਾ ਅਸਦ ਇਫਤਖਾਰ ਗੁੱਜਰ ਸਾਹਿਬ ਔਰ ਜਨਾਬ ਚੌਰੀ ਅਕਰਮ ਬਦੇਸ਼ਾ ਸਾਹਿਬ ਔਰ ਜਨਾਬ ਨਾਲ ਉਹਨਾਂ ਦੇਖਦੇ ਵਾ ਮਲਕ ਅਜਾਜ਼ ਸਾਹਿਬ ਲਓ ਜੀ ਉਧਰਲੇ ਪਾਸੇ ਐਨ ਰੋਚਕ ਜਿਹਾ ਮੁਕਾਬਲਾ ਚੱਲਦਾ ਹੋਇਆ ਐਨ ਕਾਂਡੇਦਾਰ ਮੁਕਾਬਲਾ ਚੱਲਦਾ ਹੋਇਆ ਲਓ ਉਧਰਲੇ ਪਾਸੇ ਰੇਡ ਹੈ ਖੇਡ ਮੈਦਾਨ ਅੰਦਰ ਨਬੀਲ ਬਦੇਸ਼ਾ ਇਹ ਜੱਟ ਪਰਿਵਾਰ ਦਾ ਬੱਬਰ ਸ਼ੇਰ ਕਿ ਪੁੱਤ ਹੈ ਜੱਟ ਦਾ ਧੂੜਾ ਜਾਂਦਾ ਹੀ ਅੱਜ ਭੱਟ ਦਾ ਚੱਲ ਹਦਰਾ ਇੱਕ ਨੀ ਹੈ ਇੱਕ ਕੰਨੀ ਹੈ ਇੱਕ ਕੰਨੀ ਤੇ ਉਧਰ ਲੱਗ ਗਿਆ ਉਧਰਲੇ ਪਾਸੇ ਮਯੰਬਲ ਸੰਧੂ ਲੱਗਾ ਹੋਇਆ ਮਯੰਬਲ ਸੰਧੂ ਤੇ ਨਬੀਲ ਵਦੇਸ਼ਾ ਤੇ ਮਯੰਬਲ ਸੰਧੂ 51 ਸਜਾਦਾ ਵਾਲਾ ਇਸ ਟਾਈਮ ਬੱਲੇ ਬੱਲੇ ਕਰਵਾਈ ਜਾਂਦਾ ਆ ਸੋ ਕਰ ਗਿਆ ਕਾਬੂ ਪਿੰਡ ਵਾਲਿਓ ਮੁੰਡਾ ਸੰਧੂਆਂ ਦਾ ਦੇਖ ਕਰਦਾ ਕਮਾਲ ਬੱਲੇ ਓਏ ਹੁਣ ਨਾਮ ਵੀ ਖੁੱਲ ਗਿਆ ਇੱਧਰ ਆ ਜਾ ਜਿਹੜਾ ਮਯੰਬਲ ਸੰਧੂ ਅੱਜ ਆ ਜਾ ਜਿਹੜਾ ਸ਼ੇਰਾਂ ਦੇ ਝੁੰਡ ਸਾਡੇ ਆਣ ਕੇ ਬਹਿ ਗਏ ਆ ਸਾਡੇ
ਇਹ ਮਸਮਲ ਸੰਧੂ ਇਤਰਾ ਸ਼ੇਰਾ ਇਤਰਾ ਬ੍ਰਾਂਡ ਮੁੰਡਾ ਆ ਮਸਮਲ ਸੰਧੂ ਅੱਲਾ ਸਲਾਮਤ ਰੱਖੇ ਇਸ ਇਲਾਕੇ ਦਾ ਮਾਣ ਆ ਸੰਧੂ ਆ ਤੁਰ ਕੇ ਆ ਜਰਾ ਤੁਰ ਕੇ ਜਰਾ ਸ਼ੇਰਾ ਇਧਰ ਨੂੰ ਆ ਜਰਾ ਇਹ ਬੈਦੁਰ ਰਹਿਮਾਨ ਬੰਦੇ ਸ਼ਾਹ ਸਾਡਾ ਵੀਰ ਪਹੁੰਚਿਆ ਹੋਇਆ ਇਹ ਬਿਜਲੀ ਦੇ ਨਾਂ ਤੋਂ ਆਪ ਵੀ ਜਾਣਿਆ ਜਾਂਦਾ ਕਹਿੰਦੇ ਵੀ ਸਾਨਾਂ ਦੀ ਕਦਰ ਸਾਨ ਕਰਦੇ ਹੁੰਦੇ ਆ ਸਾਡੇ ਵੀਰ ਇਹ ਭਾਈ ਸ਼ੋਏਬ ਔਰ ਆਹ ਦੇਖਾ ਸਿਰ ਪਠਾਨ ਤੁਰ ਗਿਆ ਮਜੰਮਲ ਸੰਧੂ ਇੱਧਰ ਸਾਡੇ ਮਲਕ ਸਾਹਿਬ ਵੀ ਬੈਠੇ ਹੋਏ ਆ ਔਰ ਆਹ ਦੇਖ ਨੰਬਰ ਆਸ਼ਰ ਪਠਾਨ ਦਾ ਆਸ਼ਰ ਪਠਾਨ ਤੂੰ ਵੀ ਆ ਤੇਰਾ ਵੀ ਪੈ ਗਈ ਲਵਾਈਏ ਤੂੰ ਕਿਹੜਾ ਵਾਈਫਾਈ ਲਵਾਈਏ ਤੂੰ ਵੀ ਦਰਾ ਸ਼ੇਰਾ ਜਿਹੜਾ ਤੁਰ ਕੇ ਅੱਜ ਆ ਜਾ ਸਾਡੇ ਸ਼ਹਾਦਿਆਂ ਨੇ ਮਲਕ ਅਜਾਜ਼ ਸਾਹਿਬ ਔਰ ਜਨਾਬ ਅਕਰਮ ਬੰਦੇਸ਼ਾ ਅੱਜ ਆ ਜਾ ਤੁਰ ਕੇ ਆ ਜਿਹੜਾ ਸ਼ੇਰਾ ਆਸ਼ਰ ਪਠਾਨ ਤੁਰ ਕੇ ਆ ਜਿਹੜਾ ਮਿੱਤਰਾਂ ਦੇ ਇਹ ਸਾਡਾ ਰਾਣਾ ਅਸਦ ਬੈਠਾ ਹੋਇਆ ਸਾਡੇ ਬਲਾਲ ਫਿਰਕ ਔਰ ਮਲਕ ਅਜਾਜ਼ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਅਕਰਮ ਬੰਦੇਸ਼ਾ ਅੱਜ ਜੱਟਾਂ ਦੇ ਸ਼ੇਰ ਸੱਜ ਫੱਬ ਕੇ ਬੈਠੇ ਹੋਏ ਆ ਔਰ ਆਹ ਦੇਖ ਮਹਿਬੂਬ ਵਾਲਾ ਔਰ ਲੱਗ ਗਈ ਇਸ ਵੇਲੇ ਅਸਗਰ ਪਲਵਾਨ ਨੰਬਰ ਹੋ ਗਿਆ ਰੇਡਰ ਦਾ ਨੰਬਰ ਹੋ ਗਿਆ ਸਵੇਰੇ ਰੇਡਰ ਦੇ ਖਾਤੇ ਔਰ ਸੱਟ ਮਹਿਸੂਸ ਕੀਤੀ ਰੱਬ ਸਲਾਮਤ ਰੱਖੇ ਔਰ ਬੱਲੇ ਬੱਲੇ ਦਾ ਮਾਹੌਲ ਬਣਾਇਆ ਹੋਇਆ ਸਾਡੇ ਸ਼ਹਾਦਿਆਂ ਨੇ ਇਹ ਸਾਡੇ ਵੀਰ ਕਾਰੀ ਸੁਲੇਮਾਨ ਹੋਣਾ ਦਾ ਬਹੁਤ ਸ਼ੁਕਰੀਆ ਕਾਰੀ ਲੁਕਮਾਨ ਉਸਤਾਦ ਰਫੀਕ ਪਲਵਾਨ ਜੀ ਚੱਲ ਵੀ ਕਾਰੀ ਲੁਕਮਾਨ ਪਾ ਖੰਜਰਾ ਕਬੱਡੀ ਇਸ ਵੇਲੇ ਕਾਰੀ ਲੁਕਮਾਨ ਨੂੰ ਕਿਹੜਾ ਮੁੰਡਾ ਡੱਕ ਪਾਊਗਾ ਚਾਰ ਸ਼ੇਰ ਖਲੋਤੇ ਆ ਮੂਹਰੇ ਉਹ ਕਹਿੰਦੇ ਆ ਵੀ ਬਹੁਤੀ ਖੁਸ਼ੀ ਵੀ ਗਮ ਬਰਾਬਰ ਇਸ ਥਾਈ ਝੂਠ ਨਾ ਜਾਣੀ ਤੇ ਸੁੱਖ ਜਾਂਦੇ ਹੋ ਰੁੱਖ ਮੁਹੰਮਦ ਮਿਲ ਜਾਏ ਜਿਨ੍ਹਾਂ ਨੂੰ ਪਾਣੀ ਬਹੁਤ ਸ਼ੁਕਰੀਆ ਜੀ ਸਾਡਾ ਸ਼ਹਾਦਾ ਵੀਰ ਅਬੈਦੁਰ ਰਹਿਮਾਨ ਬੰਦੇਸ਼ਾ ਔਰ ਉਧਰ ਦੇਖ ਲਾ ਗਈ ਇਸ ਵੇਲੇ ਹਸਨੈਣ ਸੰਘੇੜਾ ਉਹ ਕਰ ਗਿਆ ਕਾਬੂ ਦੇਖ ਲਾਉਂਦਾ ਯੋਰਕਾਰੀ ਪਿੰਡ ਦੀ ਇੱਜ਼ਤ ਦਾ ਸਵਾਲ ਆ ਉਹ ਦੇਖ ਸੰਘੇੜਿਆਂ ਦਾ ਪੁੱਤ ਕਹਿੰਦਾ ਮੈਂ ਵੀ ਹੁਣ ਬੱਲੇ ਬੱਲੇ ਕਰਾਊਂਗਾ ਜੀਓ ਸ਼ੇਰਾ ਨੰਬਰ ਹਸਨੈਣ ਸੰਘੇੜੇ ਦਾ ਕੋਈ ਗੱਲ ਨੀ ਪਿੰਡ ਵਾਲੇ ਉਹ ਤਾੜੀ ਇੱਕ ਵਾਰ ਇਹ ਸਾਦ ਅਮਰ ਬੰਦੇਸ਼ਾ ਉਹਨਾਂ ਦਾ ਸੀਗੇ ਦਾ ਫੈਰ ਸੂਲ ਤਾਂ ਮੈਂ ਕਹਿੰਦਾ ਸਾਰੀ ਜਾਣਕਾਰੀ ਸਾਡਾ ਭਰਾ ਰੱਖਦਾ ਆ ਔਰ ਕਿਉਂਕਿ ਨਵਾਂ ਨਵਾਂ ਇਲਾਕਾ ਹੋਵੇ ਨਾ ਉੱਥੇ ਥੋੜ੍ਹੀ ਜਿਹੀ ਮਿਸਟੇਕਾਂ ਹੁੰਦੀਆਂ ਰਹਿੰਦੀਆਂ ਆ ਪਹਿਲੀ ਵਾਰੀ ਭਰਾਵਾਂ ਦੀ ਮੁਹੱਬਤ ਦੇ ਨਾਲ ਪਹੁੰਚੇ ਆ ਇਹਨਾਂ ਵੀਰਾਂ ਦਾ ਬਹੁਤ ਸ਼ੁਕਰੀਆ ਔਰ ਆ ਗਿਆ ਫਿਰ ਕਬੱਡੀ ਪਾਉਣ ਵਾਸਤੇ ਮੁੰਡਾ ਦੇਖ ਇਸ ਵੇਲੇ ਅਨੰਜਾ ਮੁੰਡੇ ਪਿੰਡ ਦੀ ਧਰਤੀ ਤੋਂ ਸ਼ੇਰ ਆਇਆ ਹੋਇਆ ਆਹ ਦੇਖ ਸੋਹਣੇ ਗੁਰੂ ਦਾ ਸੋਹਣਾ ਚੇਲਾ ਚੌਂ ਜਾਫੀਆਂ ਵਿੱਚੋਂ ਕਿਹੜਾ ਮੁੰਡਾ ਨਿਕਲ ਕੇ ਡੱਕ ਪਾਊਗਾ ਆਹ ਮਾਰੇ ਮਸਮਲ ਸੰਧੂ ਆਹ ਵੱਡਾ ਥੰਮ ਕਬੱਡੀ ਦਾ ਛੇੜ ਲਿਆ ਆਹ ਥੰਮ ਛੇੜ ਲਿਆ ਥੰਮ ਛੇੜ ਲਿਆ ਆਇਆ ਮਜੰਮਲ ਸੰਧੂ ਉਹ ਸੰਧੂ ਆ ਛੱਡ ਮਨਮਾਨੀ ਉਹ ਕਰ ਗਿਆ ਕਾਬੂ ਦੇਖ ਇਸ ਵੇਲੇ ਉਹ ਕਿ ਸੁਫਨੇ ਅੰਦਰ ਮੈਨੂੰ ਮਾਹੀ ਮਿਲਿਆ ਉਹ ਮੈਂ ਗੱਲ ਇੱਧਰ ਆ ਸੰਧੂ ਆ ਸੰਧੂ ਬ੍ਰਾਂਡ ਇੱਧਰ ਆ ਜਰਾ ਲੈ ਵੀ ਪਿੰਡ ਵਾਲੇ ਜੇ ਮਜੰਮਲ ਸੰਧੂ ਤੋਂ ਰਾਜੀ ਹੋਇਆ ਇੱਕ ਵਾਰੀ ਇਸ ਮੁੰਡੇ ਦੇ ਨਾਂ ਦੀ ਮਾਰੋ ਖਾ ਜਰਾ ਤਾੜੀ ਇੱਧਰ ਆ ਮਜੰਮਲ ਉਹ ਤੇਰੇ ਘਰੇ ਵਾਈਫਾਈ ਲੱਗੀ ਆ ਇੱਧਰ ਆ ਸ਼ੇਰਾ ਇੱਧਰ ਆ ਤੇਰਾ ਮਾਣ ਸਨਮਾਨ ਕਰਾਈਏ ਜਰਾ ਲਕਾਰੀ ਨੂੰ ਦੇ ਦੇ ਕਾਰੀ ਤੇ ਸਾਨੂੰ ਪੂਰਾ ਯਕੀਨ ਆ ਹਾਂ ਆਸਾਨ ਹਾਂਜੀ ਚੱਲ ਬਈ ਆ ਗਿਆ ਅਸਦ ਜੱਟ ਔਰ ਜਨਾਬ ਬੈਦੁਰ ਰਹਿਮਾਨ ਬੰਦੇਸ਼ਾ ਸਾਹਿਬ ਇਸ ਟਾਈਮ ਨੋਟਾਂ ਦੀ ਬਰਸਾਤ ਕਰਦੇ ਹੋਏ ਬਲਾਲ ਵਿਰਕ ਸਾਹਿਬ ਔਰ ਜਨਾਬ ਅਸਦ ਇਫਤਖਾਰ ਗੁੱਜਰ ਸਾਹਿਬ ਸੋ ਪਿਆਰ ਪਰੀਤਾ ਮੁਹੱਬਤਾਂ ਦਾ ਸ਼ੁਕਰੀਆ ਔਰ ਜਨਾਬ ਚੌਧਰੀ ਅਕਰਮ ਬੰਦੇਸ਼ਾ ਸਾਹਿਬ ਔਰ ਜਨਾਬ ਮਲਕ ਅਜਾਜ਼ ਸਾਹਿਬ ਸੋ ਦਿਲੋਂ ਧੰਨਵਾਦ ਆ ਸਟੇਜ ਦੀ ਬਣੇ ਹੋਏ ਨੇ ਜ਼ੀਨਤ ਲਓ ਅਸਦ ਜੱਟ ਭੈਂਟੀ ਪੁਆਇੰਟ ਕਲੀਅਰ ਕਰ ਗਿਆ ਆਪਣੀ ਟੀਮ ਦੇ ਵਾਸਤੇ ਚੱਲ ਬਈ ਆ ਗਿਆ ਪੰਚਾ ਕਮਾਲਪੁਰ ਵਾਲਾ ਨਹੀਂ ਆ ਗਿਆ ਨੰਜਾ ਮੁੰਡੇ ਪਿੰਡ ਵਾਲਾ ਬੰਦੇਸ਼ਾ ਆ ਗਿਆ ਨਬੀਲ ਬੰਦੇਸ਼ਾ ਸੋ ਚਾਰ ਜਾਫੀ ਅੱਗੇ ਤਿਆਰ ਵਰ ਤਿਆਰ ਖਲੋਤੇ ਇੱਕ ਅੰਨੀ ਫੈਸਲ ਜੱਟ ਇੱਕ ਅੰਨੀ ਤੇ ਮੁਹੰਮਦ ਵਸੀਮ ਤੇ ਫੌਜੀ ਅਸਗਰ ਚੌਂ ਜਾਫੀਆਂ ਦੀ ਘੁੰਮਦੀ ਹੋਈ ਚੈਨ ਕਿ ਕੱਚ ਵੀ ਮਣਕਾ ਤੇ ਲਾਲ ਵੀ ਮਣਕਾ ਇੱਕੋ ਰੰਗ ਹੈ ਦੁਹਾਂ ਦਾ ਜਦ ਸਰਾਫਾ ਹੱਥੇ ਚੜਿਆ ਫਰਕ ਹਜ਼ਾਰ ਕੋਹਾਂ ਦਾ ਲੋ ਲੱਗ ਗਿਆ ਉਧਰਲੇ ਪਾਸੇ ਕਹਿੰਦੇ ਐਨਕ ਲੱਗ ਗਿਆ ਗੋਰੀ ਮਜੈਨ ਮੁਹੰਮਦ ਵਸੀਮ ਸੋ ਪੁਆਇੰਟ ਜਿਹੜਾ ਇਸ ਟਾਈਮ ਕਹਿੰਦੇ ਆ ਲੇਕਿਨ ਨਬੀਲ ਬਦੇਸ਼ਾ ਜੁੜ ਗਿਆ ਆ ਗਿਆ ਅਰਫਾਨ ਆ ਗਿਆ ਆਸ਼ਰ ਪਠਾਨ ਆਸ਼ਰ ਪਠਾਨ ਆ ਗਿਆ ਸੋ ਪਿੰਡੇ ਦੇ ਵਿੱਚ ਪੂਰੀ ਕੌਡੀ ਆ ਕਹਿੰਦਾ ਸਾਨੂੰ ਪੰਗਾਂ ਫੱਬਦੀਆਂ ਨੇ ਸਾਨੂੰ ਪੰਗਾਂ ਫੱਬਦੀਆਂ ਨੇ ਸਾਡੀ ਵੱਖਰੀ ਟੌਰ ਨਵਾਬੀ ਸਾਡੀ ਕੌਮ ਹੈ ਸ਼ੇਰਾਂ ਜਈ ਸਾਨੂੰ ਕਹਿੰਦੇ ਲੋਕ ਪੰਜਾਬੀ
ਸਾਨੂੰ ਕਹਿੰਦੇ ਲੋਕ ਪੰਜਾਬੀ ਜਨਾਬ ਸਾਡੇ ਮਰੀਦਗੇ ਤੋਂ ਆਏ ਹੋਏ ਮੁੱਖ ਮਹਿਮਾਨ ਸੋ ਪਿਆਰ ਪ੍ਰੀਤਾ ਮੁਹੱਬਤਾਂ ਦਾ ਸ਼ੁਕਰੀਆ ਅਬੈਦੁਰ ਰਹਿਮਾਨ ਬਦੇਸ਼ਾ ਸਾਹਿਬ ਮਲਾਲ ਵਿਰਕ ਸਾਹਿਬ ਔਰ ਜਨਾਬ ਜੀ ਇਹ ਸਾਡੇ ਭਰਾ ਪਹੁੰਚੇ ਹੋਏ ਆ ਸਾਨ ਅੰਮ੍ਰਿਤਸਰੀਆ ਇਹ ਸਾਡੇ ਮਿੱਤਰ ਆ ਸਾਡੇ ਵੀਰ ਅੱਲਾ ਇਹਨਾਂ ਨੂੰ ਸਲਾਮਤ ਰੱਖੇ ਪੰਜਾਬੀ ਲਹਿਰ ਰਾਹੀਂ ਔਰ ਸਾਡੇ ਕਬੱਡੀ ਪੈਂਠ ਵਾਲਿਆਂ ਦੀ ਰਾਹੀਂ ਪੂਰੀ 63 ਵਾਲੇ ਸਾਡੇ ਵੀਰਾਂ ਫੈਜ਼ ਸੂਲ ਹੋਣਾਂ ਦੇ ਰਾਹੀਂ ਸਾਰੀ ਦੁਨੀਆ ਦੇਖਣ ਰਹੀ ਆ ਯਾਰ ਮਹਿਬੂਬ ਵਾਲੇ ਦਾ ਵੀ ਨਾਮ ਬਣਦਾ ਇੰਟਰਨੈਸ਼ਨਲ ਮੁੰਡਾ ਇੱਧਰ ਆ ਯਾਰਾ ਸਾਡੇ ਯਾਰਾਂ ਲਾ ਦੂੰ ਮਹਿਬੂਬ ਵਾਲਿਆ ਇੰਟਰਨੈਸ਼ਨਲ ਮੁੰਡਾ ਇੱਧਰ ਆ ਸ਼ਹਿਜ਼ਾਦਿਆ ਲਓ ਕਬੱਡੀ ਫਿਰ ਪਾਉਣ ਵਾਸਤੇ ਆ ਗਿਆ ਕਾਰੀ ਲੁਕਮਾਨ ਚੱਲ ਵੀ ਸੁਣਿਆ ਪਾਖ ਹੈ ਜਿਹੜਾ ਕਬੱਡੀ ਕਿ ਪੈਣਗੀਆਂ ਤੈਨੂੰ ਵੀ ਵਿਛੋੜੇ ਦੀਆਂ ਮਾਰਾਂ ਉਹ ਜਦੋਂ ਲੱਗੀ ਕਿਸੇ ਮਾੜੇ ਦੀ ਹਾਂ ਵੈਰ ਨੇ ਫਿਰ ਤੈਨੂੰ ਪੁੱਛਾਂਗੇ ਸੁਣਾ ਵੈਰ ਨੇ ਸੁਣਾ ਵੈਰ ਨੇ ਇੱਧਰੋਂ ਲੈ ਜਿਹੜਾ ਨਾਮ ਸਾਡੇ ਇਫਤਖਾਰ ਗੁੱਜਰ ਉੱਧਰੋਂ ਵੀ ਲੈ ਕੇ ਜਾਣੇ ਸਾਡੇ ਇਹ ਮਲਕ ਸਾਹਿਬ ਵੀ ਬੈਠੇ ਹੋਏ ਮਲਕ ਜਾਜ ਸਾਹਿਬ ਸਾਡੇ ਅਕਰਮ ਬੰਦੇਸ਼ਾ ਸਾਹਿਬ ਇਹਨਾਂ ਵੀਰਾਂ ਦਾ ਬਹੁਤ ਸ਼ੁਕਰੀਆ ਔਰ ਆਹ ਦੇਖ ਕਾਰੀ ਲੁਕਮਾਨ ਹਾਏ ਹਾਏ ਕਰ ਗਿਆ ਕਾਬੂ ਕਾਰੀ ਸਲਮਾਨ ਉਹ ਪਿੰਡ ਬੜਾ ਮਿਸ ਕਰਦਾ ਤੈਨੂੰ ਪਰ ਨੰਬਰ ਹੋ ਗਿਆ ਹਸਨੈਨ ਸੰਗੇੜੇ ਦਾ ਆ ਜੀ ਉਹ 271 ਖੂਨੀ ਸਰਿਆਲੇ ਦੇ ਮੁੰਡੇ ਦੇ ਸੱਟ ਵੀ ਲੱਗੀ ਸੀਗੀ ਪਰ ਬੈਸ ਵੀ ਕਹਿੰਦੇ 271 ਖੂਨੀ ਸਰਿਆਲੇ ਦੇ ਵਿੱਚ ਹੋਇਆ ਇਨਸ਼ਾਲਾ ਅਗਲੇ ਜੱਫੇ ਤੇ ਤੇਰਾ ਵੀ ਆਪਾਂ ਇਨਾਮ ਕਰਨਾ ਤੇਰਾ ਵੀ ਸਨਮਾਨ ਕਰਨਾ ਤੂੰ ਵੀ ਬ੍ਰਾਂਡ ਪੋਤੇ ਆ ਔਰ ਹਾਫ ਦੇ ਪੁਆਇੰਟ ਉਸਤਾਦ ਅਕਰਮ ਜੀ ਤੁਹਾਡਾ ਬਹੁਤ ਸ਼ੁਕਰੀਆ ਉਸਤਾਦ ਅਕਰਮ ਸਾਡੇ ਉਸਤਾਦ ਅਕਰਮ ਔਰ ਉਸਤਾਦ ਖਾਲਾ ਬੱਦਲ ਇਹ ਵੀ ਬ੍ਰਾਂਡ ਆ ਸਾਡੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਨਾਂ ਕੱਢਿਆ ਸਿਗਰਦ ਵੀ ਮਾਸ਼ਾਅੱਲਾ ਬੜਿਆ ਅੱਲਾ ਇਹਨਾਂ ਨੂੰ ਸਲਾਮਤ ਰੱਖੇ ਔਰ ਪੁਆਇੰਟਾਂ ਦੀ ਗੱਲ ਹੋਣ ਲੱਗੀ ਆ ਵੀਰੇ ਹੁਣ 58 ਮੁੰਡਾ ਪਿੰਡ ਦੇ ਪੁਆਇੰਟ ਆ ਵੀਰੇ 17 ਔਰ ਸਾਡੇ ਆਪਣੇ ਪਿੰਡ 50 ਸਠਿਆਲੇ ਉਸਤਾਦ ਰਫੀਕ ਹੁਣਾਂ ਦੇ ਪੁਆਇੰਟ ਆ 12 ਪਿੰਡ ਵਾਲੇ ਜਿੱਤ ਹਾਰ ਮੁਕੱਦਰ ਦੀ ਇੱਕ ਵਾਰੀ ਤਾੜੀ ਮਾਰੋ ਫਜਰਾ ਹੁਣ ਜਿਨ੍ਹਾਂ ਨੇ ਖਾਲਸ ਕਬੱਡੀ ਵੇਖਣੀ ਉਹ ਬੰਦੇ ਤਾੜੀ ਮਾਰੋ ਹੁਣ ਜੀ ਓਏ ਜੀ ਓ ਬਹੁਤ ਸ਼ੁਕਰੀਆ ਜੀ ਮਲਕ ਸਾਹਿਬ ਇਹ ਸਾਡੇ ਵਿੱਚ ਸਕਰੀਨ ਦੇ ਆਉਣ ਦਿਓ ਸਾਡੇ ਸ਼ਦਾ ਤੇ ਵੀਰ ਆ ਇਹਨਾਂ ਵੀਰਾਂ ਦਾ ਬਹੁਤ ਸ਼ੁਕਰੀਆ ਸਭ ਮਿਹਰਬਾਨੀ ਜ਼ਿੰਦਾਬਾਦ ਜੀ ਸਾਡੇ ਮਹਿਮਾਨ ਖਸੂਸੀ ਅਬੈਦੁਰ ਰਹਿਮਾਨ ਬਦੇਸ਼ਾ ਸਾਹਿਬ ਚੌਧਰੀ ਬਲਾਲ ਵਿਰਕ ਸਾਹਿਬ ਔਰ ਜਨਾਬ ਚੌਧਰੀ ਅਸਦ ਇਫਤਖਾਰ ਗੁੱਜਰ ਸੋ ਪਿਆਰ ਪ੍ਰੀਤਮ ਹਮਦਾਂ ਦਾ ਸ਼ੁਕਰੀਆ ਔਰ ਜਨਾਬ ਉਹਨਾਂ ਦੇ ਨਾਲ ਚੌਧਰੀ ਅਕਰਮ ਬਦੇਸ਼ਾ ਸਾਹਿਬ ਔਰ ਮਲਕ ਆਜ਼ਾਦ ਸਾਹਿਬ ਸੋ ਖਿੜੇ ਮੱਥੇ ਖੁੱਲੀਆਂ ਬਾਹਾਂ ਦਿਲ ਦੀਆਂ ਡੂੰਘੀਆਂ ਥਾਵਾਂ ਤੋਂ ਖੁਸ਼ ਆਮਦੀਦ ਵੈਲਕਮ ਅਹਲਮ ਵਸਹਲਮ ਮਰਹਬਾ ਜੀ ਹਾਂਜੀ ਚਾਂਦ ਬਾਜਵਾਰ ਜ਼ਾਹਦ ਬੁੱਟਰ ਖੁਸ਼ ਖੁਸ਼ ਆਮਦੀਦ ਵੈਲਕਮ ਅਹਲਮ ਵਸਹਲਮ ਮਰਹਬਾ ਸਤਿ ਬਿਸਮਿਲ੍ਲਾ ਜੀ ਜਨਾਬ ਚੌਧਰੀ ਆਜ਼ਾਦ ਬਾਜਵਾ ਸਾਹਿਬ ਚਾਂਦ ਬਾਜਵਾ ਸਾਹਿਬ ਔਰ ਜ਼ਾਹਦ ਬੁੱਟਰ ਸਾਹਿਬ ਖੁਸ਼ ਆਮਦੀਦ ਵੈਲਕਮ ਅਹਲਮ ਵਸਹਲਮ ਮਰਹਬਾ ਸਤਿ ਬਿਸਮਿਲ੍ਲਾ ਜੀ ਜੀ ਬੜੀ ਮਿਹਰਬਾਨੀ ਸ਼ੁਕਰੀਆ ਸਾਡੇ ਅੱਜ ਦੀ ਸੋਹਣੀ ਤਕਰੀਬ ਦੇ ਸੋਹਣੇ ਮੁੱਖ ਮਹਿਮਾਨ ਸਾਡੇ ਚੀਫ ਗੈਸਟ ਸੇਚਾ ਪ੍ਰਾਹੁਣੇ ਜਿਨ੍ਹਾਂ ਨੇ ਆਣ ਕੇ ਕਬੱਡੀ ਵੱਡੀ ਕੀਤੀ ਹੈ ਹੁਣ ਕਸਮ ਲੱਗੀ ਉਸ ਬੰਦੇ ਨੂੰ ਜਿਹੜਾ ਤਾੜੀ ਨਾ ਮਾਰੇ ਇੱਕ ਵਾਰੀ ਮੈਚ ਦੇ ਨਾਲ ਜੁੜਦੇ ਆ ਲਾਈਵ ਕਬੱਡੀ ਜਨਾਬ ਹੁੰਦੀ ਹੋਈ ਕਬੱਡੀ ਪਾਉਣ ਵਾਸਤੇ ਤੁਰ ਪਿਆ ਪੋਲੇ ਪੋਲੇ ਪੰਪਾਂ ਦੇ ਨਾਲ ਭੂਪਾ ਵਾਲਾ ਕਹਿੰਦੇ ਮੁੰਡੇ ਨੂੰ ਵਾਲਿਆਂ ਦਾ ਸ਼ੇਰ ਪੁੱਤ ਮਲਕ ਨਵਾਜ਼ ਇੱਧਰ ਵੇਖ ਜੋੜ ਪੈ ਗਿਆ ਆਂਦਾ ਰੱਖ ਲਿਆ ਥੱਲੇ ਕਿ ਪਿੜ ਪੈ ਗਏ ਨੇ ਸਾਨਾਂ ਦੇ ਕੌਡੀ ਦੇ ਮੈਦਾਨ ਅੰਦਰ ਪੱਤੇ ਲੱਗਣੇ ਨੇ ਜਾਨਾਂ ਦੇ ਤਾੜੀ ਇੱਧਰ ਆ ਸ਼ੇਰਾ ਤੇਰਾ ਮਾਣ ਕਰੀਏ ਬੱਲੇ ਅੱਤ ਅਖੀਰ ਕੈਂਡ ਇਹਨੂੰ ਆਂਦੇ ਫੌਜੀ ਇਹਨੂੰ ਆਂਦੇ ਆ ਫੌਜੀ ਪਾਕਿਸਤਾਨ ਅੱਛਾ ਭਾਜੀ ਜੀ ਅਮਦਸਰ ਮਦਸਰ ਦੀ ਦਾਦੀ ਪਿੰਡ ਵਾਲੇ ਤਾੜੀ ਮਾਰੋ ਖਾਈ ਇੱਥੇ ਸ਼ੁਰੂ ਹੋ ਤਾੜੀ ਮਾਰ ਦਿਓ ਇੱਕ ਵਾਰੀ ਜਨਾਬ ਜਿੰਨੇ ਮਰੀਦ ਕੇ ਉਹਨਾਂ ਮਹਿਮਾਨ ਆਏ ਸਾਡੇ ਮਾਣ ਸਾਡੇ ਜੁਗ ਹੈ ਇੱਧਰ ਵੇਖ ਹੈ ਮਲਕ ਹੈ ਅਜਾਜ਼ ਵੱਲੋਂ 500 ਰੁਪਏ ਦੇ ਮਾਣ ਕਰਦੇ ਹੋਏ ਸੇਵਾ ਜੀ ਅਗਲੀ ਕਬੱਡੀ ਵਾਸਲੀ ਤੁਰ ਪਿਆ ਬੋਲੇ ਬੋਲੇ ਪੰਪਾਂ ਦੇ ਨਾਲ
ਜੀ ਆ ਗਿਆ ਫਿਰ ਕਬੱਡੀ ਪਾਉਣ ਵਾਸਤੇ ਮੁੰਡਾ ਦੇਖ ਇਸ ਵੇਲੇ ਇਹ ਸੋਹਣੇ ਗੁਰੂ ਦਾ ਸੋਹਣਾ ਚੇਲਾ ਆ ਗਿਆ ਮੁੰਡਾ ਨਬੀਲ ਉਸਤਾਦ ਇਹ ਸਾਡੇ ਕਹਿੰਦੇ ਕਿ ਸਪਲਾਈ ਸੈਂਟਰ ਦਾ ਵੀ ਜਿਹੜਾ ਇਵੈਂਟ ਹੋਇਆ ਸੀਗਾ ਉਹਦੇ ਵਿੱਚੋਂ ਵੀ ਫਿਨਲ ਹੋਈ ਔਰ ਖੂਨੀ ਸਰਿਆਲੇ ਦੇ ਵਿੱਚ ਜਿਹੜਾ ਮੈਚ ਹੋਇਆ ਸੀਗਾ ਉੱਥੋਂ ਵੀ ਇਹ ਜੇਤੂ ਟੀਮ ਹੋਈ ਇਹ ਸਾਡਾ ਸੋਹਣਾ ਉਸਤਾਦ ਅੱਲਾ ਸਲਾਮਤ ਰੱਖੇ ਔਰ ਆਹ ਦੇਖ ਨਿਕਲ ਕੇ ਲੱਗ ਗਈ ਇਸ ਵੇਲੇ ਮੁਸੰਮਲ ਸੰਧੂ ਆਏ ਸੰਧੂ ਆਏ ਓ ਸੰਧੂਆ ਹਾਏ ਓ ਸੰਧੂਆ ਉਹ ਪਿੰਡ ਵਾਲੇ ਇੱਕ ਵਾਰੀ ਮਾਰੋ ਖਾ ਇਸ ਮੁੰਡੇ ਦੇ ਨਾਂ ਦੀ ਤਾੜੀ ਧਰਾ ਜਿਹੜਾ ਸੰਧੂਆ ਇੱਧਰ ਆ ਜਿਹੜਾ ਆਵਾਮ ਨਾ ਅੱਗੇ ਜਾਵੇ ਸੰਧੂ ਇੱਧਰ ਨੂੰ ਆਵੇ ਸੰਧੂਆ ਤੇਰਾ ਪਿਛਲਾ ਪੈਕੇਜ ਵੀ ਰਹਿ ਗਿਆ ਕਾਰੀ ਰਾਹ ਚ ਇੱਧਰ ਰੱਖ ਲੈਂਦਾ ਤੇ ਤੁਰ ਕੇ ਆ ਜਿਹੜਾ ਇਹ ਸਾਡੇ ਮਲਕ ਸਾਹਿਬ ਹੀ ਬੈਠੇ ਆ ਇਹ ਸਾਡੇ ਮਲਕ ਲੈਣ ਵਾਲੇ ਨਹੀਂ ਹੈਗੇ ਦੇਣ ਵਾਲੇ ਵੀ ਬੈਠੇ ਮਲਕ ਜਾਲ ਸਾਹਿਬ ਔਰ ਜਨਾਬ ਅਕਰਮ ਬੰਦੇਸ਼ਾ ਸਾਡਾ ਯਾਰ ਅਬੈਦੁਰ ਰਹਿਮਾਨ ਬੰਦੇਸ਼ਾ ਇਹ ਸਾਡੇ ਭਾਈ ਰਾਸ਼ਦ ਮਹਿਮੂਦ ਬੰਦੇਸ਼ਾ ਜਿਹੜੇ ਬਾਹਰਲੇ ਮੁਲਕਾਂ 'ਚ ਉੱਧਰੋਂ ਵੀ ਮਲਕਾਂ ਨੂੰ ਵੀ ਲੈ ਜੀ ਨਾਮ ਉੱਧਰੋਂ 500 ਦੇ ਨੀਲੇ ਨੀਲੇ ਨੋਟ ਦਿਖਦੇ ਆ ਉੱਧਰੋਂ ਵੀ ਲੈ ਕੇ ਜਾਣੇ ਔਰ ਨੰਬਰ ਹੋ ਗਿਆ ਫਿਰ ਰੇਡਰ ਦੇ ਖਾਤੇ ਨੰਬਰ ਹੋ ਗਿਆ ਰੇਡਰ ਦੇ ਖਾਤੇ ਅਗਲੀ ਕਬੱਡੀ ਪਾਉਣ ਵਾਸਤੇ ਤੁਰ ਪਿਆ ਭੂਪਾ ਵਾਲਾ ਚੱਲ ਬਈ ਵਾਲਿਆ ਪਾ ਦੇ ਕਬੱਡੀ ਚੌਂ ਜਾਫੀਆਂ ਦੀ ਲੈਣ ਦੇ ਵਿੱਚੋਂ ਕਿਹੜਾ ਲੱਗੇਗਾ ਉਹ ਵੇਖ ਰਾਵਾਂ ਤੱਕ ਦਾ ਪਿਆ ਮੁੰਡਾ ਟੌਪ ਲੈਵਲ ਦੇ ਸਟੋਪਰਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੱਲੇ ਬੱਲੇ ਕਰਾਈ ਪਈ ਹੈ ਇੱਧਰ ਵੇਖ ਸਾਦ ਰਫੀਕ ਦੇ ਚੰਡੇ ਸ਼ਗਿਰਦ ਮੁੰਡੇ ਨੇ ਖੁੱਚ ਪੱਟੀ ਲਾਈ ਢਾਕ ਬੱਲੇ ਬੱਲੇ ਕਿਵੇਂ ਨੀ ਮੈਦਾਨਾਂ ਦੀ ਮੈਂ ਖਾਕ ਪਿਆ ਜਾਣਦਾ ਟੱਕਣੇ ਦਾ ਵੱਲ ਮੈਂ ਤੇ ਚੰਗੀ ਇੱਕ ਵਾਰੀ ਫੈਸਲ ਜੱਟ ਦੇ ਨਾਂ ਦੀ ਤਾੜੀ ਮਾਰ ਕੇ ਇਹਨੂੰ ਆਉਣ ਦਿਓ ਨਹੀਂ ਜਰਾ ਆ ਜਾ ਫੈਸਲ ਆ ਜਾ ਆ ਜਾ ਮਲਕ ਆਜ਼ਾਦ ਕਹਿਣ ਡਿਆ ਵੱਡੇ ਹੀ ਨੋਰ ਜਾਣੇ ਆ ਇੱਧਰ ਬੈਦੁਰ ਰਹਿਮਾਨ ਬੰਦੇਸ਼ਾ ਤੇਰੇ ਧੰਨ ਓਏ ਉਸ ਬੰਦੇ ਨੂੰ ਕਸਮ ਲੱਗੇ ਜਿਹੜਾ ਤਾੜੀ ਨਾ ਮਾਰੇ ਪੋਟ ਬਰਾਬਰ ਓਏ ਆ ਜੰਗ ਹੁੰਦੀ ਆ ਜੰਗ ਹੁੰਦੀ ਆ ਇੱਧਰ ਆ ਜੱਟਾ ਇੱਧਰ ਆ ਜਰਾ ਇਹ ਸਾਡਾ ਫੈਸਲ ਜੰਡ ਬੈਦੁਰ ਰਹਿਮਾਨ ਬੰਦੇਸ਼ਾ ਤੇਰਾ ਮੈਚ ਵੀ ਜਿਤਾਉਣ ਵਾਲਾ ਇਹੀ ਮੁੰਡਾ ਆ ਪਰ ਨੰਬਰ ਫਿਰ ਬੰਟੀ ਦਾ ਇੱਕ ਪੁਆਇੰਟ ਵੱਧ ਗਿਆ ਪਿੰਡ ਵਾਲਿਓ ਦੁੱਲਾ ਦੇ ਪੈਸੇ ਵੀ ਚੱਲਦੇ ਆ ਬਾਈ ਇਹ ਸਾਡਾ ਯਾਰ ਹੈ ਬਦੇਸ਼ਾ ਦੀ ਪੱਗ ਦਾ ਸ਼ਿਮਲਾ ਉੱਚਾ ਕਰਨ ਵਾਸਤੇ ਅੱਜ 50 ਸਿਖਿਆਲੇ ਦੀ ਧਰਤੀ ਉੱਤੇ ਅਗਲੀ ਕਬੱਡੀ ਵਾਸ ਲਈ ਮਲਕ ਨਵਾਜ਼ ਜੀ ਮੁੰਡਾ ਪੋਲੇ ਪੋਲੇ ਪੱਬ ਧਰਦਾ ਹੈ ਇੱਧਰ ਵੇਖ ਚਾਰਾਂ ਜਾਫੀਆਂ ਦੇ ਵਿੱਚੋਂ ਕਬੱਡੀ ਤਗੜੀ ਹੋ ਗਈ ਹੈ ਅਬੈਦੁੱਲਾ ਬਦੇਸ਼ੇ ਦੇ ਨਾਲ ਆਉਣ ਦੇ ਨਾਲ ਬੱਲੇ ਬੱਲੇ ਹੋ ਗਈ ਹੈ ਇਹਨੂੰ ਆਉਂਦੇ ਮਜ਼ੰਬਲ ਓ ਵੇਖ ਕੇ ਚਿੱਪ ਕੱਢ ਕੇ ਯਾਰਾਂ ਨੇ ਕਿੱਲ ਕੱਢ ਕੇ ਕੀਤੀ ਠੋਕ ਕੇ ਤਸੱਲੀ ਨਾਲ ਚੰਡ ਮਿੱਤਰੋ ਰਾਜੇ ਖੇਲੇ ਅੱਤ ਦਾ ਹੀ ਸਿਰਾ ਹੋ ਗਿਆ ਤੇ ਚੜ ਗਈ ਸ਼ਰੀਰਾਂ ਵਾਲੀ ਕੰਡ 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 ਮਿੱਤਰੋ ਓਏ ਕਾਰੀ ਬਾਮ ਸਾਮਲਾ ਥੋੜੀ ਜੀ ਬਾਮ ਸਾਮਲਾ ਸੰਧੂਆ ਇੱਧਰ ਆ ਜਰਾ ਇੱਧਰ ਆ ਸੰਧੂਆ ਮਸਮਲ ਸੰਧੂ ਆਵਾਮ ਥੋੜੀ ਜੀ ਸਾਮਲੋ ਵੀਰੇ ਆਵਾਮ ਸਾਂਭੋ ਰਾਸ਼ਦ ਭਲਵਾਨ ਜੀ ਸਟਾਰ ਰਫੀਕ ਭਲਵਾਨ ਜੀ ਆਵਾਮ ਕੰਟਰੋਲ ਕਰੋ ਆ ਬੰਦੇ ਸੰਧੂ ਕਹਿੰਦਾ ਮੇਰਾ ਕਾਰੀ ਯਾਰ ਆ ਕਾਰੀ ਨੂੰ ਫੜਾ ਗਰਾਊਂਡ ਦੇ ਵਿੱਚ ਕੋਈ ਬੰਦਾ ਪੈਸਾ ਨਾ ਸੁੱਟੇ ਬਾਈ ਗਰਾਊਂਡ ਦੇ ਵਿੱਚ ਕੋਈ ਬੰਦਾ ਪੈਸਾ ਨਾ ਸੁੱਟੇ ਕਬੱਡੀ ਵੱਗੀ ਹੋ ਗਈ ਹੈ ਬਦੇਸ਼ਾ ਜੀ ਆ ਸੰਧੂ ਵਾਲੇ ਪੈਸੇ ਲੈ ਲਾ ਸੰਧੂ ਵਾਲੇ ਪੈਸੇ ਲੈ ਲਾ ਸਾਡੇ ਮਲਕ ਸਾਹਿਬ ਵੀ ਬੈਠੇ ਮਲਕ ਜਾ ਸਾਹਿਬ ਹਾਂਜੀ ਜਨਾਬ ਸਾਡੇ ਵੋਟਰ ਦੇ ਜਨਾਬ ਸਾਡੇ ਬਹੁਤ ਸ਼ੁਕਰੀਆ ਜੀ ਸਾਡੇ ਅਬਰਾਰ ਭੁੱਟਰ ਸਾਹਿਬ 13 ਮਰੱਬੇ ਵਾਲੇ ਔਰ ਨੰਬਰ ਹੋ ਗਿਆ ਰੇਡਰ ਦਾ ਇਹ ਸਾਡੇ ਅਬਰਾਰ ਭੁੱਟਰ ਸਾਹਿਬ ਔਰ ਜਨਾਬ ਮੁਹੰਮਦ ਇਮਤਿਆਜ਼ ਪਲਵਾਨ ਮਨੀਰ ਅਹਿਮਦ ਭੁੱਟਰ ਔਰ ਜਨਾਬ ਸ਼ਬੀਰ ਅਹਿਮਦ ਭੁੱਟਰ ਗਲਫਾਮ ਭੁੱਟਰ ਅਸਦ ਭੁੱਟਰ ਔਰ ਪਰਵੇਜ਼ ਲਾਂਡਾ ਮੁਹੰਮਦ ਫਰੂਕ ਔਰ ਅਸ਼ਰਫ ਕੱਲੂ ਸਾਡਾ ਵੀਰ ਔਰ ਅਲੀ ਹੰਸਾ ਜੱਟ ਹਬੀਬ ਜੱਟ ਇਹ ਸਾਡੇ ਵੀਰ ਇੱਧਰ ਆ ਰੇਡਰ ਆ ਇੱਧਰ ਆ ਰੇਡਰ ਇੱਧਰ ਆ ਜਰਾ ਰੇਡਰ ਕਿੱਧਰ ਗਿਆ ਆਜਾ ਆਜਾ ਸ਼ੇਰਾ ਆਜਾ ਰੇਡਰ ਕਿਹੜਾ ਸੀਗਾ ਯਾਰ ਇੱਧਰ ਆ ਆਸ਼ਰ ਖਾਨ ਆਸ਼ਰ ਪਠਾਨ ਆਸ਼ਰ ਪਠਾਨ ਔਰ ਆ ਯਕੀਨ ਮੰਨੋ ਜੰਗ ਹੀ ਲਾ ਦਿੱਤੀ ਅਸਗਰ ਭਾਈ ਦੇਖ ਜਿਹੜਾ ਸਵਾਦ ਨਹੀਂ ਬਣਾ ਦਿੱਤਾ ਸਠਿਆਲੇ ਵਾਲਿਆਂ ਨੇ ਇਹ ਗੱਲ ਹੀ ਤਾਂ ਆ ਨਾ ਕਹਿੰਦਾ ਜਾਫੀ ਮੈਦਾਨ ਦੇ ਵਿੱਚ ਇੱਧਰ ਆ ਪਠਾਨਾ ਜਿਹੜਾ ਇੱਧਰ ਆ ਤੇਰੇ ਪੈਗੇ ਲਵਾਈਏ ਇਹ ਸਾਡੀ ਬਰਾਦਰੀ ਕੋਲੋਂ ਨਾਮ ਲੈ ਕੇ ਜਾਣਾ ਕੋਈ ਨਹੀਂ ਅਸੀਂ ਬੰਦੇਸ਼ਾਂ ਕੋਲੋਂ ਲੈ ਲੈਣੇ ਤੂੰ ਸਾਡੀ ਬਰਾਦਰੀ ਕੋਲ ਲੈ ਕੇ ਜਾ ਇਹ ਮਲਕ ਜਾਤ ਸਾਹਿਬ ਨੂੰ ਲਮਾਨ ਸਨਮਾਨ ਔਰ ਭਾਈ ਅਬੈਦੁਰ ਕਬੱਡੀ ਜੱਟ ਦੀ ਚੱਲ ਬਈ ਮੈਚ ਲਾਈਵ ਚੱਲਦਾ ਪਿਆ ਨਵਾਜ਼ ਜੀ
ਬੰਦੇ ਕਮੈਂਟ ਬੜੇ ਭੈੜੇ ਭੈੜੇ ਕਰਦੇ ਪਏ ਆ, ਵਾਰੀ ਨਾ ਬੋਲਣਾ, ਕਬੱਡੀ ਤਕੜੀ ਹੁੰਦੀ ਪਈ ਹੈ। ਚੌਂ ਜਾਫੀਆਂ ਦੀ ਲੈਣ ਦੇ ਵਿੱਚ ਬੰਟੀ ਜੱਟ ਕਹਿੰਦੇ ਮੁੰਡੇ ਨੂੰ, ਇੱਕ ਕੰਨੀ ਤੇ ਸਨੈਨ ਕਰਦਾ ਪਿਆ ਕਮਾਲਾ, ਅੰਮ੍ਰਿਤ ਛਕੀਲ ਵਿਦੇਸ਼ ਦਾ ਸਭ ਤੋਂ ਸਿੱਧਾ। ਆਓ ਵੇਖ, ਆਓ ਵੇਖ, ਇੱਧਰ ਆ ਬੰਟੀ ਜੱਟ, ਬੰਟੀ ਇੱਧਰ ਆ, ਇੱਧਰ ਆ ਮਰੀਦ ਕੇ ਵਾਲੇ ਆਉਂਦੇ ਆ ਜੇ ਟੀ ਐਮ ਤੋਂ ਨਵੀਆਂ ਕਾਪੀਆਂ, ਬੱਲੇ ਬੱਲੇ ਦਾ ਮਾਹੌਲ, ਟੌਪ ਲੈਵਲ ਦੇ ਰੇਡਰ ਜਾਫੀ ਜੀ, ਕਬੱਡੀ ਪਾਉਣ ਵਾਸਤੇ ਤੁਰ ਪਿਆ ਬੋਲੇ ਬੋਲੇ ਪਪਤਰ ਦਾ ਬੂਬਾ ਵਾਲਾ ਆ ਗਿਆ ਕਬੱਡੀ ਪਾਉਣ ਵਾਸਤੇ ਵਾਲਿਆਂ। ਬੰਟੀ ਦਰਾਸ਼ਰਾ ਇੱਧਰ ਆ ਜਰਾ, ਇਹ ਬ੍ਰਾਂਡ ਮੁੰਡਾ ਲੱਖ ਲੱਖ ਰੁਪਈਆ ਫੈਰ ਰਸੂਲ ਕਹਿੰਦੇ ਦੀ ਇੱਕ ਇੱਕ ਕਬੱਡੀ ਤੇ ਲੱਗਦਾ, ਪਰ ਇੱਧਰ ਵੀ ਮੁੰਡਾ ਇੰਟਰਨੈਸ਼ਨਲ ਮਹਿਬੂਬ ਵਾਲਾ ਨੰਬਰ ਹੋ ਗਿਆ ਵਾਲੇ ਦਾ। ਆਜਾ ਆਜਾ ਬੰਟੀ, ਕੀ ਸੋਚੀ ਜਾਣਾ ਸ਼ੇਰਾ, ਇੱਧਰ ਆ ਤੂੰ ਹੁਣ ਲੱਖ ਲੱਖ ਹੀ ਲੈਣੇ ਆ, ਇੱਧਰੋਂ ਵੀ ਆਜਾ, ਇਹ ਹਜ਼ਾਰ ਹਜ਼ਾਰ ਵਾਲੇ ਵੀ ਲੈ ਲਿਆ ਕਰ ਜਰਾ। ਇਹ ਵੀ ਬ੍ਰਾਂਡ ਮੁੰਡਾ ਆ ਸਾਡੇ ਬੈਤੁਲ ਰਹਿਮਾਨ ਬੰਦੇਸ਼ਾ, ਸਾਡੇ ਰਾਣਾ ਅਸਦ ਔਰ ਬਲਾਲ ਫਿਰਕ, ਇਹ ਸਾਡੇ ਇਫਤਖਾਰ ਗੁਜਰ। ਉਹ ਮਲਕਾਂ ਵਾਲੇ ਪੈਸੇ ਕਿਉਂ ਨਹੀਂ ਲੈਂਦਾ ਜੱਟਾ, ਇਹ ਵੀ ਲੈ ਕੇ ਜਾਣੇ। ਹਾਂ, ਔਰ ਆਹ ਦੇਖ ਇਸ ਵੇਲੇ ਕਰ ਗਿਆ ਮੁੰਡਾ ਕਾਬੂ, ਬੱਲੇ 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 ਲੱਕ ਦਵਾਲੇ ਬਾਹਾਂ ਔਖੀਆਂ ਹੋ ਗਿਆ। ਆਦਲ ਬੰਦੇਸ਼ਾ, ਹਾਏ ਉਹ ਬੰਦੇਸ਼ਿਆ, ਆਏ ਉਹ ਬੰਦੇਸ਼ਿਓ, ਆਹ ਦੇਖ ਜਰਾ ਪਰ ਨੰਬਰ ਹੋ ਗਿਆ ਰੇਡਰ ਦਾ, ਨੰਬਰ ਹੋ ਗਿਆ ਸਿਰ ਪਠਾਨ ਦਾ, ਸਾਰ ਰਫੀਕ ਭਲਵਾਨ, ਆਹ ਬੱਲੇ ਬੱਲੇ ਲਾ ਤੁਹਾਨੂੰ ਸਲਾਮਤ ਰੱਖੇ ਪਿੰਡ ਵਾਲਿਓ ਜੀ ਭਾਈ। ਇਸ ਵੇਲੇ ਚੱਲ ਬਈ ਕਬੱਡੀ ਪਾਉਣ ਵਾਸਤੇ ਪੁੱਤਰ ਪਿਆ ਪੋਲੇ ਪੋਲੇ ਪੱਪਾ ਦੇ ਨਾਲ, ਨਬੀਲ ਵਿਦੇਸ਼ਾ ਕਹਿੰਦੇ ਇਹਨੂੰ। ਚੱਲ ਬਈ ਵਿਦੇਸ਼ਿਆਂ ਦਾ ਸ਼ੇਰ, 271 ਖੂਨ ਇਸਰਾਇਲ ਦੀ ਧਰਤੀ ਉੱਤੇ ਫਾਈਨਲ ਦੇ ਵਿੱਚ 17 ਕੌਡੀਆਂ ਪਾਈਆਂ, ਬੱਲੇ ਬੱਲੇ ਕਰਾਈ ਹੈ, ਮੈਚ ਵੱਡਾ ਹੁੰਦਾ ਪਿਆ, ਉਸਤਾਦ ਰਫੀਕ ਦੇ ਚੰਡੇ ਸ਼ਗਿਰਦ ਕਾਰੀ ਸਲਮਾਨ ਜੀ, ਮੁੰਡਾ ਕਮਾਲਾ ਕਰਦਾ ਪਿਆ। ਇੱਧਰ ਵੇਖ ਅੱਗੋਂ ਲੱਗਾ ਮੁੰਡਾ ਟੁੱਟ ਕੇ ਟੁੱਟ ਲੈਣ ਦੀ ਕਰਦਾ ਕੋਸ਼ਿਸ਼, ਇੱਧਰ ਵੇਖ ਉਹ ਪਿੰਡ ਮਿੰਟ ਕੀ ਕਰਦਾ, ਆਹ ਲੇਕਿਨ ਬੈਠ ਰੇਡਰ ਦੇ ਖਾਤੇ, ਗੱਡੀ ਜੀ ਟੀ ਰੋਡ ਤੇ ਚੜ ਗਈ ਤੇ ਚੜ ਗਈ ਸਪੀਡਾਂ ਫੜ ਗਈ, ਕਬੱਡੀ ਪਾਉਣ ਵਾਸਤੇ ਆ ਗਿਆ ਜਹਾਨੀਆਂ ਵਾਲਾ ਸ਼ੇਰ। ਲਓ ਜੀ ਆ ਗਿਆ ਜਹਾਨੀਆਂ ਵਾਲਾ ਸ਼ੇਰ, ਅਸਦ ਭੰਟੀ ਹੈ ਬਾਰੇ ਦੇ ਉੱਤੇ ਇਸ ਟਾਈਮ ਪੋਲੇ ਪੋਲੇ ਪੱਪਾਂ ਦੇ ਨਾਲ, ਇੱਕ ਅੰਨੀ ਦੇ ਹਸਨੈਨ ਸੰਗੇੜਾ, ਇੱਕ ਅੰਨੀ ਹੈ ਅਸਦ ਸੰਗੇੜਾ, ਅੰਬਰ ਸ਼ਕੀਲ ਵਿਦੇਸ਼ ਦੇ ਚਾਰ ਬੱਬਰ ਸ਼ੇਰ, ਚੌਂ ਜਾਫੀਆਂ ਦੀ ਘੁੰਮਦੀ ਹੋਈ ਸੰਗਲੀ, ਤਗੜਾ ਸੈੱਟ ਜੋੜਿਆ ਹੋਇਆ, ਆ ਕਹਿੰਦਾ ਕੌਡੀ ਕੌਡੀ ਕਰਦਾ ਮੈਂ ਆ ਗਿਆ ਮੈਦਾਨ ਵਿੱਚ, ਆਏ ਮੂਹਰੇ ਜਾਣ ਹੈ ਜਿਹੜੇ ਜਿਹੜੇ ਜਾਣ ਵਿੱਚ ਹਸਨੈਨ ਬੰਦੇਸ਼ਾ ਹੋਇਆ ਮੂਹਰੇ, ਆ ਲੇਕਿਨ ਪੁਆਇੰਟ ਜਿਹੜਾ ਜਹਾਨੀਆਂ ਵਾਲੇ ਜੱਟ ਦੇ ਖਾਤੇ ਜੁੜਿਆ, ਆ ਗਿਆ ਬੂਬਾ ਵਾਲਾ ਰੇਡ ਪਾਉਣ ਵਾਸਤੇ, ਲਓ ਆ ਗਿਆ ਫਿਰ ਕਬੱਡੀ ਪਾਉਣ ਵਾਸਤੇ ਮਹਿਬੂਬ ਵਾਲਾ। ਚੱਲ ਵੀ ਵਾਲਿਆ ਪਾਖ ਜਿਹੜਾ ਕਬੱਡੀ, ਇਸ ਵੇਲੇ ਵਾਲੇ ਨੇ ਬੋਲਿਆ ਹੋਇਆ ਦਾਵਾ ਕਿ ਅੰਬਰਾਂ ਤੇ ਚਾੜ ਸਾਡੀ ਹੱਥੀ ਡੋਰ ਛੱਡੇਗਾ, ਉਹ ਪਤਾ ਨਹੀਂ ਸੀ ਸਾਡੇ ਨਾਲ ਇੰਜ ਵੈਰ ਖੱਟੇਗਾ, ਉਹ ਤੇਰੇ ਨਾਲ ਵੱਧ ਭਲਾ ਕੌਣ ਸਾਡੇ ਦਿਲ ਨੂੰ ਕਰੀਬ ਸੀ, ਉਹ ਤੇਰੇ ਕੋਲੋਂ ਯਾਰਾਂ ਸਾਨੂੰ ਨਾ ਇਹੋ ਜਿਹੀ ਉਮੀਦ ਸੀ, ਉਹ ਤੇਰੇ ਕੋਲੋਂ ਯਾਰਾਂ ਸਾਨੂੰ ਨਾ ਇਹੋ ਜਿਹੀ ਉਮੀਦ ਸੀ। ਨੰਬਰ ਹੋ ਗਿਆ ਇਸ ਵੇਲੇ ਮਹਿਬੂਬ ਵਾਲੇ ਦਾ, ਨੰਬਰ ਹੋ ਗਿਆ ਇਸ ਵੇਲੇ ਰੇਡਰ ਦੇ ਖਾਤੇ। ਲਓ ਕਬੱਡੀ ਫਿਰ ਪਾਉਣ ਵਾਸਤੇ ਆ ਗਿਆ ਆਸ਼ਰ ਪਠਾਨ ਜੀ ਭਾਈ। ਚੱਲ ਬਈ ਆਸ਼ਰ ਪਠਾਨ, ਪਠਾਨ ਪੁੱਤ ਕਬੱਡੀ ਇਸ ਟਾਈਮ ਗੋਰਾ ਨਸ਼ੋਰ ਮੁੰਡੇ ਦਾ ਪਿੰਡਾ, ਪਿੰਡੇ ਚੋਂ ਝਾਤੀਆਂ ਮਾਰਦੀ ਹੈ ਕੌਡੀ, ਟੱਕ ਟੱਕ ਕਰਦਾ ਸੂਈ ਦਾ ਵੇਲਾ, ਆ ਵੇਖ ਕੇ ਕੰਨੀ ਤੇ ਹਸਨੈਨ ਦੋ ਨੰਬਰ ਤੇ ਖੜਾ, ਆ ਲੱਗਾ ਲੱਗਾ ਮਾਣ, ਅੰਬਰ ਸ਼ਕੀਲ ਵਿਦੇਸ਼ ਦਾ ਮਾਣ, ਇੱਕ ਬੰਨੇ ਆਸ਼ਰ ਪਠਾਨ ਕਰਦਾ ਪਿਆ ਕਮਾਲਾ, ਆ ਵੇਖ ਟੱਕ 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 ਪਿਆਰ ਆਸ਼ਰ ਭੈਣ ਜੁੜ ਗਿਆ ਜਾਫੀ ਦੇ ਖਾਤੇ, ਭੈਣ ਜੁੜ ਗਿਆ ਜਾਫੀ ਦੇ ਖਾਤੇ, ਆ ਵੇਖ ਆ ਵੇਖ ਦੋ ਸ਼ੌਕ ਮਿੱਤਰਾਂ ਦੇ, ਪੌਣਾ ਭੰਗੜਾ ਤੇ ਖੇਡਣੀ ਕਬੱਡੀ।
ਲਓ ਇਸ ਟਾਈਮ ਪੁਆਇਣ ਜਿਹੜਾ ਆ ਇਸ ਟਾਈਮ ਕਹਿੰਦੇ ਆਦਲ ਵਿਦੇਸ਼ੀ ਨੇ ਜੋੜਿਆ, ਲਓ ਦੂਏ ਪਾਸੇ ਫਿਰ ਰੇਡ ਨਬੀਲ ਵਿਦੇਸ਼ਾ, ਇਹ ਕਹਿੰਦੇ ਵਿਦੇਸ਼ੀਆਂ ਦਾ ਮੁੰਡਾ ਹੈ ਬਾਰੇ ਦੇ ਉੱਤੇ ਕਿ ਜਿਸਮ ਮੁੰਡੇ ਦਾ ਰਬੜ ਵਾਂਗ ਲਚਕੀਲਾ ਏ, ਉਹ ਪਹਿਲਾਂ ਪਾਵੇ ਉਹ ਟੋਰਾਂ ਟੁਰੇ ਜਵੇਂ ਨਾਗ ਨਸ਼ੀਲਾ ਏ, ਮੂਰੇ ਹੋ ਗਿਆ ਮਈ ਅੰਬਲ ਸੰਧੂ 51 ਸਜਾਤਾਂ ਵਾਲਾ, ਇਹ ਸ਼ਾਕਣ ਸ਼ੇਰ ਦੇ ਲਸ਼ ਗਿਰਦੇ ਆ, ਲੇਕਿਨ ਦੇਖਾਂਗੇ ਦੇਖਾਂਗੇ ਤਾੜੀ ਤਾੜੀ ਹੋਣੀ ਚਾਹੀਦੀ ਇੱਕ ਦਫਾ ਇਸ ਟਾਈਮ, ਲੱਕ ਦੁਆਲੇ ਬਾਹਾਂ ਤੇ ਔਖੀਆਂ ਹੋ ਗਈਆਂ ਰਾਵਾ, ਹਾਏ ਹਾਏ ਤਾੜੀ ਆ ਜਾ ਇੱਧਰ ਮਈ ਅੰਬਲ ਸਟੇਜ ਤੇ ਆ ਜਾ, ਰੇਡਰ ਦਾ ਪੁਆਇੰਟ ਰੇਡਰ ਦਾ ਰੇਡਰ ਦਾ ਪੁਆਇੰਟ ਆ, ਔਰ ਪਿੰਡ ਵਾਲਿਓ ਸਾਡੇ ਇਸ ਗਰਾਊਂਡ ਦੇ ਵਿੱਚ ਇਸ ਇਲਾਕੇ ਦਾ ਫਖਰ ਆ ਪੁਆਇੰਟ, ਉਹ ਇਸ ਪਿੰਡ ਨੂੰ ਹੁਣ ਅੱਲਾ ਦੀ ਕਸਮ ਲੱਗੇ ਜਿਹੜਾ ਹੁਣ ਵੀ ਨਾ ਤਾੜੀ ਮਾਰੇ ਪੁਆਇੰਟ ਫਿਰ ਬਰਾਬਰ, ਹਾਏ ਆ ਜੀ ਉਸਤਾਦ ਰਫੀਕ ਪਹਿਲਵਾਨ, ਉਹ ਕਾਰੀ ਸਲਮਾਨ ਆ ਕੀ ਪਟਾਕੇ ਪਾ ਦਿੱਤੇ ਆ, ਕਿਉਂਕਿ ਕੋਚ ਦੋਵਾਂ ਪਾਸੇ ਭਾਈ ਫੈਰ ਸੂਲ ਸਿਆਣੇ ਆ, ਇੱਕ ਕਹਿੰਦੇ ਸਾਡੇ ਸਪਲਾਈ ਸੈਂਟਰ ਦਾ ਵੀ ਜਿਹਨੇ ਜੇਤੂ ਟੀਮ ਬਣੀ ਹੋਈ ਆ, ਸਾਡੇ ਅਮਰ ਸ਼ਕੀਲ ਫੰਦੇਸ਼ਾ ਅਨੰਜਾ ਮੁੰਡੇ ਪਿੰਡ ਵਾਲੇ, ਔਰ ਆਹ ਦੇਖ ਕਰ ਗਿਆ ਮੁੰਡਾ ਨੰਬਰ ਦਾ ਕਰੂਗਾ ਵਾਧਾ ਕਰੂਗਾ ਵਾਧਾ ਕਰੂਗਾ ਵਾਧਾ, ਆਹ ਦੇਖ ਰੱਖ ਲਿਆ ਨੇੜੇ ਇਸ ਵੇਲੇ ਬਣਦਾ ਕੀ ਆ, ਹੁਣ ਇਹ ਜਿਹੜਾ ਸੰਘੇੜਿਆਂ ਦਾ ਪੋਤਾ ਸਦ ਸੰਘੇੜਾ, ਹਾਏ ਨੰਬਰ ਹੋ ਗਿਆ ਸੰਘੇੜੇ ਦਾ, ਆਹ ਨੰਬਰ ਹੋ ਗਿਆ ਹਸਨੈਨ ਸੰਘੇੜਾ, ਆਪਦ ਸ਼ਹੀਦ ਦਾ ਕਜ਼ਨ ਮੁੰਡਾ ਕਰ ਗਿਆ ਕਮਾਲਾ ਜੀ, ਅਗਲੀ ਕਬੱਡੀ ਵਾਸਲੀ ਤੁਰ ਪਿਆ ਪੋਲੇ ਪੋਲੇ ਪੱਪਾ ਦੇ ਨਾਲ, ਮਤਲੂਬ ਚੱਲ ਬਈ ਬੂਬਾ ਵਾਲਾ ਕਹਿੰਦੇ ਆ, ਆ ਮੁਸ਼ਕੀ ਰੰਗ ਵਾਲਾ ਤੁਰ ਪਿਆ ਬੂਬਾ ਵਾਲਾ ਪਾਂਚਾ ਕਮਾਲਪੁਰ, ਉਹ ਕੈਨੇਡਾ ਦੀ ਧਰਤੀ ਤੇ ਯੂਕੇ ਦੀ ਧਰਤੀ ਤੇ ਬੱਲੇ ਬੱਲੇ ਕਰਾਉਣ ਵਾਲਾ, ਆਹ ਵੇਖ ਚੌਧਰੀ ਰਾਸ਼ਦ ਮਹਿਮੂਦ ਸਾਹਿਬ ਬੜੀ ਮਿਹਰਬਾਨੀ ਸ਼ੁਕਰੀਆ, ਵੈਲ ਡਨ ਦਾ ਬਾਅਦ ਸਾਡੇ ਵਿਦੇਸ਼ਾਂ ਦਾ ਪੱਗ ਸ਼ਿਮਲਾ, ਰਾਸ਼ਦ ਦੇ ਨਾਲ ਹੋਈ ਟੱਕਰ, ਸੁਲੇਮਾਨ ਦੇ ਨਾਲ ਹੋਈ ਟੱਕਰ, ਭੈਣ ਜੁੜ ਗਿਆ ਫਿਰ ਇੱਕ ਵਾਰੀ ਫੈਸਲ ਦੇ ਨਾਲ ਹਲਕੇ ਜਿਹੇ ਟੱਚ ਦੇ ਨਾਲ ਭੈਣ ਜੁੜ ਗਿਆ ਰੇਡਰ ਦੇ ਖਾਤੇ, ਅਗਲੀ ਕਬੱਡੀ ਪਾਉਣ ਵਾਸਤੇ ਆ ਗਿਆ ਆਸ਼ਰ ਪਠਾਨ, ਕਬੱਡੀ ਪਠਾਨ ਦੇ ਚੌਂਜਾਪੀਆਂ ਦੇ ਬੋਲਿਆ ਧਾਵਾ, ਇੱਕ ਨਿੱਕੇ ਸੁਨੈਨ ਮੁੰਡਾ ਕਰਦਾ ਪਿਆ ਕਮਾਲਾ, ਬੱਲੇ ਬੱਲੇ ਹੁੰਦੀ ਪਈ ਹੈ ਮੈਦਾਨ ਦੇ ਵਿੱਚ, ਦੂਸਰੇ ਹਾਫ ਦੀ ਚੱਲਦੀ ਪਈ ਆ ਖੇਡ, ਉਹ ਵੇਖ ਉਹਨਾਂ ਨੇ ਖੁੱਜ ਪੱਟੀ ਹੈ, ਲੇਕਿਨ ਭੈਣ ਜੁੜ ਗਿਆ ਆਸ਼ਰ ਪਠਾਨ ਆਪਣੇ ਖਾਤੇ ਦੇ ਵਿੱਚ ਜੀ, ਮਨਕ ਨਵਾਜ ਜੀ 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 ਬਹੁਤ ਸ਼ੁਕਰੀਆ ਜੀ, ਸਾਡੇ ਬੈਦੁਰ ਰਹਿਮਾਨ ਬੰਦੇਸ਼ਾ ਜੀ, ਔਰ ਜਨਾਬ ਮਲਕ ਅਜਾਜ ਸਾਹਿਬ, ਸਾਡੇ ਅਕਰਮ ਬੰਦੇਸ਼ਾ ਸਾਹਿਬ, ਇਹ ਸਾਡੇ ਵੀਰ ਬੈਠੇ ਹੋਏ ਆ, ਇਹ ਸਾਡੇ ਸ਼ਹਿਜ਼ਾਦੇ ਵੀਰ, ਅੱਲਾ ਸਲਾਮਤ ਰੱਖੇ, ਔਰ ਇਸ ਪੂਰੀ ਪਰਿਆ ਵਿੱਚੋਂ ਜਨਾਬ ਸਾਡਾ ਵੀਰ ਬੈਦੁਰ ਰਹਿਮਾਨ ਫੰਦੇਸ਼ਾ, ਸਾਡੇ ਜੱਟਾਂ ਦਾ ਬ੍ਰੈਂਡ ਪੁੱਤ, ਇਹਨਾਂ ਵੱਲੋਂ 1000 ਰੁਪਇਆ ਮਾਣ ਮੁਹੱਬਤ, ਔਰ ਕੈਮਰੇ ਵਾਲਿਓ ਇਨਸ਼ਾਅੱਲਾ ਸਾਡੇ ਵੀ ਸਨਮਾਨ ਸਾਡੇ ਬੈਦੁਰ ਰਹਿਮਾਨ ਫੰਦੇਸ਼ੇ ਵੱਲੋਂ, ਕਿਉਂਕਿ ਸਿਕੰਦਰ ਭਾਈ ਅੱਜ ਆਪਾਂ ਭਾਈ ਫੈਜ਼ ਦੇ ਪੀਰਾਂ ਦੇ ਪਿੰਡ ਦੇ ਨੇੜੇ ਆਏ ਹਾਂ, ਔਰ ਆ ਗਿਆ ਫਿਰ ਕਬੱਡੀ ਪਾਉਣ ਵਾਸਤੇ ਮੁੰਡਾ, ਹਾਏ ਉਹ ਸੰਧੂਆ, ਆਹ ਸੰਧੂ ਨੇ ਚਾਲ ਲੀਆਂ ਬਗਲਾਂ, ਦੇਖ ਬਣਦਾ ਕੀ ਆ, ਪਰ ਨੰਬਰ ਕਿਹਦੇ ਖਾਤੇ, ਨੰਬਰ ਜੀ ਰੈਫਰੀ ਦੀ ਵਿਸਲ ਦੱਸੂਗੀ, ਨੰਬਰ ਰੈਫਰੀ ਦੀ ਵਿਸਲ, ਨੰਬਰ ਜੀ ਕਹਿੰਦੇ ਇਸ ਵੇਲੇ ਜਿਹੜਾ ਰੇਡਰ ਦੇ ਖਾਤੇ, ਰੇਡਰ ਦੇ ਖਾਤੇ ਜਾ ਜੁੜਿਆ, ਨੰਬਰ ਹੋ ਗਿਆ ਰੇਡਰ ਦੇ ਖਾਤੇ, ਉਹ ਪਿੰਡ ਵਾਲਿਓ ਜੇ ਤਾਂ ਕਬੱਡੀ ਦਾ ਸਵਾਦ ਹੈ ਉਹਨੂੰ ਅੱਲਾ ਦੀ ਕਸਮ ਲੱਗੇ ਇੱਕ ਵਾਰੀ ਹੁਣ ਮਾਰੋ ਖਜਰਾ ਤਾੜੀ, ਆਹ ਕਬੱਡੀ ਦਾ ਸਵਾਦ ਹੁੰਦਾ ਆ। ਚੌਧਰੀ ਬੈਦੁਰ ਰਹਿਮਾਨ ਦੇ ਆਉਣ ਦੇ ਨਾਲ ਮੇਲੇ ਨੂੰ 4 ਚੰਦ ਨਹੀਂ ਬਲਕਿ 8 ਚੰਦ ਲੱਗੇ ਆ, ਕਬੱਡੀ ਵੇਖਣੀ ਵੀ ਏਦਾਂ ਹੀ ਚਾਹੀਦੀ ਹੈ, ਕਬੱਡੀ ਦੀ ਚੱਸ ਵੀ ਪੂਰੀ ਏਦਾਂ ਹੀ ਆਉਂਦੀ ਹੈ। ਚੌਰੀ ਬੈਦੁਰ ਰਹਿਮਾਨ ਵਿਦੇਸ਼ਾ ਸਾਹਿਬ ਬੜੀ ਮਿਹਰਬਾਨੀ ਸ਼ੁਕਰੀਆ, ਮਰੀਦ ਕਿਆ ਦੀ ਪੱਗ ਸ਼ਿਮਲਾ ਉੱਚਾ ਖੰਡ ਵਾਸ ਲਈ, ਅੱਜ ਕਾਰੀ ਸਲਮਾਨ ਦੇ ਸੱਦੇ ਤੇ ਸਾਡੇ ਸਟੇਜ ਦੀ ਜ਼ੀਨਤ ਸ਼ੇਰ ਦੀ। ਹਾਂਜੀ ਜੀ ਆ ਗਿਆ ਆ ਗਿਆ ਆਸਾ ਮਸਦ ਜੱਟ ਜਹਾਨੀਆਂ ਵਾਲਾ, ਇੱਕ ਮਹੀਨਾ ਹੋਇਆ ਉੱਥੋਂ ਦਾ,
ਜਹਾਨੀਆਂ ਵਾਲਾ, ਲੇਕਿਨ ਉਸ ਪਿੰਡ ਵਾਲਾ ਗੱਭਰੂ ਆ ਗਿਆ ਬਾਰੇ ਦੇ ਉੱਤੇ। ਇਸ ਟਾਈਮ ਬੋਲੇ ਬੋਲੇ ਪੱਪਾਂ ਦੇ ਨਾਲ ਚੱਲ ਹਾਂਦਰਾ ਅੱਗੋਂ ਲੱਗ ਗਿਆ ਹਸਨੈਨ ਸੰਘੇੜਾ, ਲੇਕਿਨ ਪੁਆਇੰਟ ਜਿਹੜਾ ਆ ਇਸ ਟਾਈਮ ਅਸਦ ਜੱਟ ਭੰਟੀ ਨੇ ਜੋੜਿਆ ਆਪਣੀ ਟੀਮ ਦੇ ਵਾਸਤੇ। ਲਓ ਦੂਏ ਪਾਸੇ ਫਿਰ ਰੇਡ ਖੇਡ ਮੈਦਾਨ ਦੇ ਅੰਦਰ, ਇਸ ਟਾਈਮ ਘੂਬਾ ਵਾਲਾ ਪੰਚਾ ਕਮਾਲਪੁਰ ਵਾਲਾ ਕਰਦਾ ਹੋਇਆ ਕਮਾਲਾ। ਇਹ ਉਸ ਪਿੰਡ ਵਾਲਾ ਗੱਭਰੂ ਆ ਜਿੱਥੋਂ ਬੜੇ ਬੜੇ ਹੀਰਿਆਂ ਜਨਮ ਲਿਆ, ਆ ਗਿਆ ਬਾਰੇ ਦੇ ਉੱਤੇ। ਇਹ ਭੂਬੇ ਵਾਲੇ ਨੇ ਆਪਣਾ ਮਨਵਾਇਆ ਹੋਇਆ, ਉਹ ਕਹਿੰਦਾ ਨਾ ਕੱਚ ਵੀ ਮਣਕਾ ਤੇ ਲਾਲ ਵੀ ਮਣਕਾ, ਇੱਕੋ ਰੰਗ ਹੈ ਦੋਹਾਂ ਦਾ। ਜਦ ਸਰਾਫਾ ਹੱਥੇ ਚੜਿਆ ਤੇ ਫਰਕ ਹਜ਼ਾਰ ਕੋਹਾਂ ਦਾ, ਜਦ ਸਰਾਫਾ ਹੱਥੇ ਚੜਿਆ। ਸੋ ਪੁਆਇੰਟ ਭੂਬਾ ਵਾਲਾ ਜੋੜਦਾ ਹੋਇਆ, ਦੂਏ ਪਾਸੇ ਫਿਰ ਰੇਡ ਆਸ਼ਰ ਪਠਾਨ ਦੀ ਜੀ ਆ ਗਿਆ ਕਬੱਡੀ ਪਾਉਣ ਵਾਸਤੇ ਆਸ਼ਰ ਪਠਾਨ। ਅਸ਼ੇ ਪੁੱਟਰ ਕਾਰੀ ਸਲਮਾਨ ਦਾ ਯਾਰਾ ਦੇਖ ਸਵਾਦ ਅੱਜ ਵੱਧ ਆ, ਔਰ ਆ ਗਿਆ ਫਿਰ ਕਬੱਡੀ ਪਾਉਣ ਵਾਸਤੇ ਮੁੰਡਾ ਪਠਾਣਾ ਦਾ। ਚੱਲ ਵੀ ਪਠਾਣਾ ਪਾਖ ਜਿਹੜਾ ਕਬੱਡੀ ਲੈ ਖਾਂਗੇ, ਇੰਨਾ ਪੰਗਾ ਲੈਣਾ ਚੌਂ ਜਾਫੀਆਂ ਵਿੱਚੋਂ, ਔਰ ਨਿਕਲ ਕੇ ਲੱਗ ਗਈ ਇਸ ਵੇਲੇ। ਫਿਰ ਮੁੰਡਾ ਦੇਖ ਇਸ ਵੇਲੇ ਭਾਈ ਫੈਰ ਸੁਣ ਪਰ ਨੰਬਰ ਹੋ ਗਿਆ ਪਠਾਣ ਦਾ। ਪਠਾਣਾ ਇੱਧਰ ਆ ਜਾ, ਸਾਡੀ ਵੀ ਬਰਾਦਰੀ ਬੈਠੀ ਹੋਈ ਆ। ਅੱਜ ਤਾਂ ਬੰਦੇਸ਼ੀਆਂ ਦੇ ਦੋ ਸ਼ੇਰ ਬੈਠੇ ਹੋਏ ਆ, ਜਨਾਬ ਅਕਰਮ ਬੰਦੇਸ਼ਾ ਜੀ, ਅਬੈਦੁਰ ਰਹਿਮਾਨ ਬੰਦੇਸ਼ਾ, ਔਰ ਸਾਡਾ ਸ਼ਹਿਜ਼ਾਦਾ ਰਾਜਪੂਤਾਂ ਦਾ ਪੁੱਤ ਰਾਣਾ ਅਸਦ, ਔਰ ਸਾਡਾ ਯਾਰ ਇਹ ਯਾਰਾਂ ਦਾ ਝੋਂਡ ਆਇਆ ਹੋਇਆ ਬਲਾਲ। ਚੱਲ ਬਈ ਤੁਰ ਪਿਆ ਬੋਲੇ ਬੋਲੇ ਪੱਪਾਂ ਦੇ ਨਾਲ, ਮੁਸਤਫਾ ਬੰਦੇਸ਼ੇ ਦਾ ਮਾਣ ਆ ਗਿਆ ਨਬੀਲ ਬੰਦੇਸ਼ਾ। ਇੱਧਰ ਵੇਖ ਸਟੇਜ ਤੋਂ ਬੰਦੇਸ਼ੇ ਨੋਟਾਂ ਵਾਲੀਆਂ ਬੋਰੀਆਂ ਨੂੰ ਲਾਇਆ ਹੱਥ, ਬੱਲੇ ਬੱਲੇ ਹੁੰਦੀ ਪਈ ਹੈ ਮੈਦਾਨ ਦੇ ਵਿੱਚ ਕਬੱਡੀ ਪਾਉਣ ਵਾਸਤੇ ਨਬੀਲ ਬੰਦੇਸ਼ਾ। ਬਰਾਦਰੀਆਂ ਕਾਵਾਂ ਚਿੜੀਆਂ ਨੂੰ ਪਿਆਰੀਆਂ ਹੁੰਦੀਆਂ, ਬੱਲੇ 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 ਮੁਜ਼ੰਬਰ ਸੰਧੂ ਅੱਤ ਅਖੀਰ ਕੈਦ ਹੋ। ਇੱਧਰ ਆ ਮੁਜ਼ੰਬਰ, ਇੱਧਰ ਆ, ਇੱਧਰ ਆ ਮਲਿਕ ਆਜ਼ਾਦ ਵੱਲੋਂ ਤੈਨੂੰ ਵੱਡਾ ਨੋਟ ਲਿਆ ਕੇ ਦਵਾਂ। ਇੱਧਰ ਆ ਮੁਜ਼ੰਬਰ ਸੰਧੂ, ਇੱਧਰ ਆ, ਇੱਧਰ ਆ ਸਾਡੇ ਸਟੇਜ ਦੀ ਜ਼ੀਨਤ ਮਲਿਕ ਆਜ਼ਾਦ ਸਾਹਿਬ, ਬੜੀ ਮਿਹਰਬਾਨੀ, ਸ਼ੁਕਰੀਆ। ਔਰ ਸਾਡੇ ਵਿਦੇਸ਼ਾਂ ਦੀ ਪੱਗ ਸ਼ਿਮਲਾ ਉੱਚਾ ਭਾਈ ਸਾਹਿਬ, ਬੜੀ ਮਿਹਰਬਾਨੀ, ਸ਼ੁਕਰੀਆ। ਅਮਰੀਤ ਕਿਆਂ ਵਾਲੇ ਸ਼ੇਰਾਂ ਦੇ ਵੱਲੋਂ ਅੱਜ ਇੱਕ ਇੱਕ ਹਜ਼ਾਰ ਰੁਪਇਆ ਹਰ ਰੇਡਰ ਜਾਫੀ ਮਾਇਆ ਦੇ ਗੱਫੇ। ਇੱਧਰ ਆ ਮੁਜ਼ੰਬਰ ਸੰਧੂ, ਇੱਧਰ ਵੇਖ ਆ ਤੇਰੇ ਮੌਲਵੀ ਨੇ ਪੈਸੇ ਪੂਰੇ ਕੀਤੇ, ਜਮਾਤ ਵੀ ਕਰਾਉਂਦਾ, ਇਕੱਲੀ ਬੇਈਮਾਨੀ ਨਹੀਂ ਕਰਦਾ। ਬੱਲੇ ਬੱਲੇ ਹੁੰਦੀ ਪਈ ਮੈਦਾਨ ਦੇ ਵਿੱਚ, ਭੈਣ ਜੁੜ ਗਿਆ। ਔਰ ਜਾਨੀ ਵਾਲਾ ਸ਼ੇਰ ਅਗਲੀ ਕਬੱਡੀ ਵਾਸਲੀ ਕਹਿੰਦੇ ਆ ਇਹ ਅਸਦ ਭੈਂਟੀ ਜਹਾਨੀਆਂ ਵਾਲਾ, ਜਿੱਥੋਂ ਦਾ ਮੀਨਾ ਜੱਟ ਜਹਾਨੀਆਂ ਵਾਲਾ ਹੋਇਆ ਆ, ਜਿਹਨੇ ਪਾਕਿਸਤਾਨ ਦੇ ਵਿੱਚ ਰਿਕਾਰਡ ਕਾਇਮ ਕੀਤਾ ਆ, ਸਭ ਤੋਂ ਬਹੁਤੀਆਂ ਰੇਡਾਂ ਅੱਜ ਵੀ ਮੌਜੂਦ ਨੇ ਮੀਨੇ ਜੱਟ ਜਹਾਨੀਆਂ ਵਾਲੇ ਦੀਆਂ, ਤੁਸੀਂ ਦੇਖ ਸਕਦੇ ਉਸ ਪਿੰਡ ਵਾਲਾ ਗੱਭਰੂ। ਲੇਕਿਨ ਰੇਡ ਦੇ ਉੱਤੇ ਹੈ ਇਸ ਟਾਈਮ ਭੂਬਾ ਬਾਲਾ ਪੰਚਾ ਕਮਾਲਪੁਰ ਵਾਲਾ, ਚੜ ਚੜ ਕੇ ਰੇਡਾਂ ਪਾਉਂਦਾ, ਮਾਰ ਮਾਰ ਕੇ ਹੱਲੇ ਇਹ ਗੱਭਰੂ ਦੀ ਪਿੰਡ ਵਿੱਚ ਹੋਈ ਬੱਲੇ ਬੱਲੇ। ਇੱਧਰ ਆ ਭੂਬਿਆ ਵਾਲਿਆ ਤੇਰਾ ਮਾਣ ਕਰੀਏ, ਉਹ ਪਾਕਿਸਤਾਨ ਦਾ ਇੰਟਰਨੈਸ਼ਨਲ ਕਬੱਡੀ ਪਲੇਅਰ ਹੈ, ਇੱਕ ਹਜ਼ਾਰ ਰੁਪਇਆ ਅਕਰਮ ਬਦੇਸ਼ੇ ਵੱਲੋਂ ਜਾਏਗਾ, ਸਾਡਾ ਮਾਣ ਬਹੁ ਬਦੇਸ਼ਾ ਇੱਕ ਹਜ਼ਾਰ ਰੁਪਇਆ ਜਾਏਗਾ, ਮਲਿਕ ਆਜ਼ਾਦ ਵੱਲੋਂ ਸਾਡੇ ਪੱਗ ਦਾ ਸ਼ਿਮਲਾ, ਸਾਡੇ ਪਾਕਿਸਤਾਨ ਦਾ ਮਾਣ ਬਿਗ ਪ੍ਰਮੋਟਰਾਂ ਦੇ ਵਿੱਚ ਵੱਡਾ ਨਾਂ। ਤੇ ਇੱਧਰ ਜੀ ਇੱਧਰ ਵੇਖ ਹੈ, ਇੱਧਰ ਵੇਖ ਹੈ, ਇੱਧਰ ਕਮਾਲਾ ਕਰਦਾ ਪਿਆ ਮੁੰਡਾ। ਫਿਰ ਅਮਰੀਤ ਕਹਿੰਦੇ ਜਿਹੜੇ ਵਿਦੇਸ਼ੀ ਆਏ ਨਾ ਉਹਨਾਂ ਦੀ ਤਾਂ ਚਾਸੀ ਵੱਖਰੀ ਹੈ, ਬੱਲੇ ਬੱਲੇ ਕਰਾਉਂਦੇ ਪਏ ਮੈਦਾਨ ਦੇ ਵਿੱਚ। ਬੂਬਾ ਫਾਲਾ ਪੁਆਇੰਟ ਵੀ ਨਹੀਂ ਦੱਸਿਆ ਗਿਆ, ਪੁਆਇੰਟ ਪੁਆਇੰਟ ਗਰਾਊਂਡ ਵਿੱਚ ਕੋਈ ਬੰਦਾ ਨਾ ਆਵੇ ਫਿਆਲ ਲੈ ਕੇ ਪਿਆ ਭਾਜੀ। 50 ਛਠਿਆੜਾ ਬਾ ਮੁਕਾਬਲਾ 49 ਬਾਠਾ, ਔਰ ਦੋਵਾਂ ਟੀਮਾਂ ਨੂੰ ਚਾਰਜ ਕੀਤੀ ਜਾਂਦੀ ਹੈ। ਜਿੱਤ ਹਾਰ ਦੀ ਗੱਲ ਕੋਈ ਨਹੀਂ, ਜਿੱਤ ਹਾਰ ਦੀ ਔਰ ਪਿੰਡ ਵਾਲਿਓ ਇਸ ਇਲਾਕੇ ਦਾ ਬਾਠਾ ਬਾਠਾ, ਇੱਕ ਮਿੰਟ ਵੀਰੇ, ਇਸ ਇਲਾਕੇ ਦਾ ਮਾਣ ਆ ਵੀਰੇ, ਜਿੱਤ ਹਾਰ ਮੁਕੱਦਰ ਦਾ ਹਿੱਸਾ ਹੁੰਦਾ ਆ। ਸਪਲਾਈ ਸੈਂਟਰ ਦੇ ਵਿੱਚ ਵੀ ਮੁੰਡੇ ਦੀ ਕਹਿੰਦੇ ਕਿ ਇਸ ਕੋਚ ਦੀ ਟੀਮ ਬੈਸ ਹੋਈ, ਔਰ ਖੂਨੀ ਸਰਿਆਲੇ ਦੇ ਵਿੱਚ ਵੀ ਟੀਮ ਜਿੱਤੀ ਆ। ਪਿੰਡ ਵਾਲੇ ਇੱਕ ਵਾਰੀ ਦਿਲੋਂ ਮੁਨਾਫਕਤ ਕੱਢ ਕੇ ਇੱਕ ਵਾਰੀ ਤਾੜੀ ਮਾਰਨੀ ਉਸਤਾਦ ਅਮਰ ਸ਼ਕੀਲ ਬੰਦੇਸ਼ੇ ਵਾਸਤੇ, ਉਸਤਾਦ ਅਮਰ ਸ਼ਕੀਲ ਬੰਦੇਸ਼ਾ ਜੀ। ਜੀ ਹੁਣ ਪੁਆਇੰਟ ਭਾਜੀ ਦੱਸਿਓ ਜਰਾ, ਬਾਠਾਂ ਤੇ 50 ਸੱਠਿਆਰੇ ਦੀਆਂ ਛੋਟੀਆਂ ਟੀਮਾਂ ਆ ਜਾਣ।
49 ਬਾਠਾਂ ਬਾ ਮੁਕਾਬਲਾ 50 ਸਟਿਆਲਾ 2 ਮਿੰਟ ਦਾ ਟਾਈਮ ਦਿੱਤਾ ਜਾਂਦਾ ਹੈ ਤੇ 65 ਪੋਜੀਸ਼ਨ ਹੈ 50 ਸਟਿਆਲੇ ਦੇ 29 49 ਬੁੰਡੇ ਪਿੰਡ ਦੇ 28 ਹਾਏ ਓਏ ਜਿੱਤ ਹਾਰ ਇੱਥੇ ਹੋਣੀ ਸੀਗੀ ਜਿੱਤ ਹਾਰ ਇੱਥੇ ਬਣਦੀ ਸੀਗੀ ਆ ਜਾਓ 49 ਬਾਠਾਂ ਵਾਲਿਓ 49 ਬਾਠਾਂ ਬਾ ਮੁਕਾਬਲਾ 50 ਸਟਿਆਲਾ ਉਸਤਾਦ ਖਾਲਾ ਬੱਦਲ ਜੀ ਮੈਂ ਇਹਦਾ ਸਵਾਦ ਉਸਤਾਦ ਅਕਰਮ ਜੀ ਸਾਡੇ ਉਸਤਾਦ ਅਕਰਾਮ ਜੀ ਸਾਡੇ ਸਾਡੇ ਮਰੀਦਕੇ ਦੀ ਧਰਤੀ ਤੇ ਵੀਰੇ ਕਬੱਡੀ ਨੂੰ ਆਬਾਦ ਕਰਨ ਵਾਲੇ ਇਹ ਵੀਰ ਆ ਔਰ ਉੱਥੇ ਕਬੱਡੀ ਵੀ ਸਾਡੇ ਫੈਸਲਾਬਾਦ ਦੇ ਵਿੱਚੋਂ ਗਈ ਹੋਈ ਆ ਇਹ ਸਾਡਾ ਸ਼ਹਿਜ਼ਾਦਾ ਵੀਰ ਕਾਜੀ ਸਲਮਾਨ ਇਹ ਜਿਹੜਾ ਇਸ ਪਿੰਡ ਦਾ ਪੋਤਾ ਉਸੇ ਜਿਹੜਾ ਸਾਡਾ ਇੱਕ ਵੱਡਾ ਮਰਕਜ਼ ਆ ਅਹਿਲੇ ਹਦੀਸਾਂ ਦਾ ਉੱਥੇ ਪੜ੍ਹਦਾ ਸੀ ਅਤੇ ਉੱਥੋਂ ਹੀ ਕਬੱਡੀ ਇਸ ਭਰਾ ਨੇ ਸਟਾਰਟ ਕੀਤੀ ਸੀਗੀ ਔਰ ਉਸ ਇਲਾਕੇ ਦੇ ਵਿੱਚ ਕਬੱਡੀ ਵਾਣ ਵਾਲਾ ਸਾਡਾ ਇਹ ਵੀਰ ਆ ਔਰ ਉਸ ਤੋਂ ਬਾਅਦ ਕਪਤਾਨੀ ਲਈ ਸੀ ਸਾਡਾ ਉਸੇ ਇਲਾਕੇ ਦਾ ਬ੍ਰੈਂਡ ਆ ਸਾਡਾ ਵੱਡਾ ਭਰਾ ਇਸ ਵੇਲੇ ਬਾਹਰਲੇ ਮੁਲਕਾਂ ਦੇ ਵਿੱਚ ਬੈਠਾ ਆ ਸਾਡਾ ਵੀਰ ਰਾਸ਼ਦ ਮਹਿਮੂਦ ਵੰਦੇਸ਼ਾ ਇਹ ਸਾਡੇ ਭਾਈ ਅਬੈਦੁਰ ਰਹਿਮਾਨ ਵੰਦੇਸ਼ਾ ਇਹਨਾਂ ਦੇ ਵੱਡੇ ਵੀਰ ਆ ਇਹ ਸਾਡਾ ਸ਼ਹਿਜ਼ਾਦਾ ਵੀਰ ਬਾਹਰਲੇ ਮੁਲਕਾਂ 'ਚ ਬੈਠਾ ਹੋਇਆ ਅੱਲਾ ਸਲਾਮਤ ਰੱਖੇ ਕਹਿੰਦੇ ਕਿ ਪਾਣੀਆਂ ਨੂੰ ਆਸ ਹੁੰਦੀ ਪਤਨਾਂ ਦੀ ਅਤੇ ਪਰਦੇਸੀਆਂ ਨੂੰ ਆਸ ਰਹਿੰਦੀ ਵਤਨਾਂ ਦੀ ਇਹ ਸਾਡੇ ਬਾਹਰਲੇ ਮੁਲਕਾਂ ਵਿੱਚ ਬੈਠਾ ਹੋਇਆ ਔਰ ਸਾਡੇ ਨੰਗਲ ਸਾਧਾਂ ਦੀ ਧਰਤੀ ਤੋਂ ਮਿੱਤਰ ਸਾਡਾ ਗੁਜਰਾਂ ਦਾ ਸ਼ਹਿਜ਼ਾਦਾ ਪੋਤਿਆ ਕਬੱਡੀ ਦਾ ਬ੍ਰੈਂਡ ਆ ਇਫਤਖਾਰ ਗੁਜਰ ਔਰ ਸਾਡਾ ਸ਼ਹਿਜ਼ਾਦਾ ਵੀਰ ਬਲਾਲ ਵਿਰਗ ਸਾਡਾ ਸੋਹਣਾ ਬਾਈ ਇਸ ਟਾਈਮ ਜਾਂ ਜੋ ਵੀ ਚੈਨਲਾਂ 'ਤੇ ਤੁਸੀਂ ਦੇਖ ਰਹੇ ਆ ਔਰ ਜਨਾਬ ਰਾਣਾ ਅਸਦ ਇਹ ਮਾਸ਼ਾਅੱਲਾ ਸਾਰੇ ਕਬੱਡੀ ਖੇਡਣ ਵਾਲੇ ਅੱਲਾ ਇਹਨਾਂ ਨੂੰ ਸਲਾਮਤ ਰੱਖੇ ਇਹ ਕਾਰੀ ਸੁਲੇਮਾਨ ਨਾਲ ਪੱਕੀ ਯਾਰੀ ਆ ਅਬੈਦੁਰ ਰਹਿਮਾਨ ਬੰਦੇਸ਼ਾ ਜੀ ਕਹਿੰਦੇ ਵੀ 2-4 ਹੋਣ ਪਰ ਹੋਣ ਚੱਜ ਦੇ ਤੇ ਗਿਣਤੀ ਵਧਾ ਕੇ ਕਿਹੜਾ ਵੋਟ ਜੋੜ ਰਹੇ ਤੇ ਉੱਥੇ ਟਾਈਮ ਉੱਤੇ ਜਿਹੜਾ ਨਾਲ ਨਹੀਂ ਉਹ ਖੜਦਾ ਛੱਡ ਸੱਜਣਾ ਲੀਰਾਂ ਦੀ ਤਾਂ ਲੋੜ ਨਾ ਤੇ ਬਹੁਤੇ ਤਾਂ ਫਿਰ ਸੰਦੂਆ ਖਿਸਕ ਜਾਂਦੇ ਨੇ ਉਹ ਜਦੋਂ ਆ ਮੁਸੀਬਤਾਂ ਦਾ ਭਾਰ ਡਿੱਗਦਾ ਉਹ ਕਿਹੜਾ ਕਿਹੜਾ ਔਖੇ ਟਾਈਮ ਵਿੱਚ ਨਾਲ ਖੜਾ ਸੀ ਕੱਲਾ ਕੱਲਾ ਜੱਟ ਦਿਲ ਦੇ ਪੰਨੇ ਦੇ ਉੱਤੇ ਲਿਖੀ ਫਿਰਦਾ ਉਹ ਕੱਲਾ ਕੱਲਾ ਜੱਟ ਦਿਲ ਦੇ ਪੰਨੇ ਦੇ ਉੱਤੇ ਲਿਖੀ ਫਿਰਦਾ ਬਹੁਤ ਸ਼ੁਕਰੀਆ ਸਾਰੇ ਵੀਰਾਂ ਦਾ ਔਰ ਸਾਡੇ ਮਾਲਕ ਅਜਾਜ਼ ਸਾਹਿਬ ਨੂੰ ਲੋ 1,000 ਰੁਪਈਆ ਜਨਾਬ ਇਹ ਸਾਡੇ ਬਹੁਤ ਸ਼ੁਕਰੀਆ ਬੰਦੇਸ਼ਾ ਗਰਾਂ ਬੰਦੇਸ਼ਾ ਜੀ ਤੁਹਾਡਾ ਬਹੁਤ ਸ਼ੁਕਰੀਆ ਔਰ ਸਜਾਵਲ ਭਰਾ ਝੋਲਾ ਲੈ ਕੇ ਆ ਜਾ ਔਰ ਗਰਾਊਂਡ ਦੇ ਵਿੱਚੋਂ ਬੰਦੇ ਥੋੜ੍ਹੇ ਜਿਹੇ ਉਸਤਾਦ ਰਫੀਕ ਭਲਵਾਨ ਜੀ ਅੱਲਾ ਤੁਹਾਨੂੰ ਸਲਾਮਤ ਰੱਖੇ ਇਹ ਸਾਰੀ ਸਾਡੀ ਮੈਨੇਜਮੈਂਟ ਕਮੇਟੀ ਦੀਆਂ ਬਹੁਤ ਸ਼ੁਕਰੀਆ ਗਰਾਊਂਡ ਥੋੜ੍ਹਾ ਜਿਹਾ ਆਪਾਂ ਖਾਲੀ ਕਰੀਏ ਗਰਾਊਂਡ ਥੋੜ੍ਹਾ ਜਿਹਾ ਖਾਲੀ ਕਰੀਏ ਮਿਹਰਬਾਨੀ ਕਰਨੀ ਆ ਉਹ ਕਹਿੰਦੇ ਆ ਵੀ ਚਾਹ ਅੰਗਰੇਜ਼ੀ ਦਾਰੂ ਸਾਨੂੰ ਇਹ ਮਲਕ ਸਾਹਿਬ ਕਿ ਚਾਹ ਅੰਗਰੇਜ਼ੀ ਦਾਰੂ ਸਾਨੂੰ ਇਹ ਬੰਦੇ ਸ਼ਾਹ ਜੀ ਤੁਹਾਡਾ ਵੀ ਸ਼ੁਕਰੀਆ ਕਿ ਚਾਹ ਅੰਗਰੇਜ਼ੀ ਦਾਰੂ ਸਾਨੂੰ ਉਹ ਲਾਈ ਆ ਅੰਗਰੇਜ਼ਾਂ ਨੇ ਉਹ ਆਪਣੀਆਂ ਭਰ ਕੇ ਲੈ ਗਏ ਸਾਡੀਆਂ ਖਾਲੀ ਜੇਬਾਂ ਨੇ ਤੇ ਲਵ ਮੈਰਜਾਂ ਕੋਰਟ ਕਚਹਿਰੀ ਜਦ ਮਾਪੇ ਆਉਂਦੇ ਨੇ ਉਹ ਬਸ ਐਸੇ ਗੱਲੋਂ ਧੀ ਨੂੰ ਕੁੱਖ ਵਿੱਚ ਕਤਲ ਕਰਾਉਂਦੇ ਨੇ ਉਹ ਦਿੱਤਾ ਮਾਂ ਨੂੰ ਵੱਡਾ ਦਰਜਾ ਖਤਮ ਬਾਪੂ ਦਾ ਵਿੱਚੋਂ ਮੁੱਦਾ ਉਹ ਮਾਂ ਕਿੱਥੋਂ ਸਾਨੂੰ ਲਿਆਉਂਦੀ ਜੇ ਸਾਡਾ ਬਾਪੂ ਨਾ ਹੁੰਦਾ ਉਹ ਜੇ ਮਾਂ ਨੇ ਦੁੱਧ ਪਿਆਇਆ ਤੇ ਬਾਪੂ ਵੀ ਲਾਡ ਲਡਾਉਂਦਾ ਆ ਉਹ ਦੱਸੋ ਕਿਹੜਾ ਮਾਂ ਪਿਓ ਧੀ ਪੁੱਤ ਦਾ ਮਾੜਾ ਚਾਹੁੰਦਾ ਆ ਉਹ ਅੱਜ ਕੱਲ੍ਹ ਮਤਲਬ ਲੋਕੀ ਉਲਟਾ ਕੱਢ ਕੇ ਯਾਰੀ ਦਾ ਉਹ ਯਾਰੀ ਲਾ ਕੇ ਜੀਜੇ ਬਣਦੇ ਮੈਂ ਵੇਖੇ ਯਾਰੀ 'ਚ ਕਿ ਚਰਸ ਫੀਮ ਦਾ ਪਾਊਡਰ ਪਾਰ ਕਰ ਗਏ ਬਾਰਡਰ ਨੂੰ ਉਹ ਦੱਸੋ ਕਿੱਥੋਂ ਧੋਈਏ ਆ ਦਾਗ ਬੜੇ ਲੱਗ ਗਿਆ ਸਾਡੀ ਚਿੱਟੀ ਚਾਦਰ ਨੂੰ ਉਹ ਦੱਸੋ ਕਿੱਥੋਂ ਧੋਈਏ ਆ ਦਾਗ ਬੜੇ ਲੱਗ ਗਏ ਆ ਸਾਡੀ ਚਿੱਟੀ ਚਾਦਰ ਨੂੰ ਔਰ ਕਹਿੰਦੇ ਆ ਵੀ ਲਾਡਾਂ ਨਾਲ ਪਾਲੀ ਜਦੋਂ ਕਿਸੇ ਦੀ ਜਵਾਨ ਦੀ ਫੜ ਜੇ ਬਗਾਨਿਆਂ ਦੇ ਨਾਲ ਬਈ ਤੇ ਵੀਰਾਂ ਦੀਆਂ ਸਰਦਾਰੀਆਂ ਤਾਂ ਰੁਲ ਜਾਣ ਮਿੱਟੀ ਵਿੱਚ ਮਾਪੇ ਭੁੱਲ ਜਾਂਦੇ ਜਿਉਣ ਦਾ ਖਿਆਲ ਬਈ ਕਿਵੇਂ ਦੁੱਖ ਤਕਲੀਫਾਂ ਸਹਿ ਕੇ ਪਾਲਦੇ ਪੜਾਉਂਦੇ ਮਾਪੇ ਧੀਆਂ ਪਲਾਂ ਵਿੱਚ ਕਾਹਦੋਂ ਭੁੱਲ ਜਾਂਦੀਆਂ ਰੱਬਾ ਹੀਰ ਸਾਹਿਬਾ ਸੱਸੀ ਸੋਹਣੀ ਬਣੇ ਨਾ ਕਿਸੇ ਦੀ ਧੀ ਪੈਰਾਂ ਵਿੱਚ ਪੱਗਾਂ ਰੁਲ ਜਾਂਦੀਆਂ ਤੇ ਥੁੜਿਆ ਕੀ ਇਹੋ ਜਿਹਾ ਪੁੱਤਾਂ ਕੋਲੋਂ ਉਹ ਜਿਹੜੇ ਨਸ਼ੇ ਵਿੱਚ ਪੈ ਕੇ ਘਰ ਬਾਹਰ ਦਿੰਦੇ ਰੋੜ ਉਹੀ ਮਾਪੇ ਕਹਿੰਦੇ ਰੱਬਾ
ਦੇ ਦਿੰਦਾ ਧੀ ਵਿਆਹ ਕੇ ਇਹਨੂੰ ਅਸੀਂ ਕਿਤੇ ਹੋਰ ਦਿੰਦੇ ਤੋਰ ਤੇ ਸੱਚੇ ਰੱਬ ਅੱਗੇ ਬਸ ਇਹੀ ਫਰਿਆਦ ਕਿ ਰੱਬਾ ਸਾਰਿਆਂ ਨੂੰ ਬਖਸ਼ੀ ਤੂੰ ਵਧੀਆ ਔਲਾਦ ਉਹ ਜਿਹਦਾ ਮਾੜੇ ਕੰਮਾਂ ਵਾਲੇ ਪਾਸੇ ਦਿਲ ਡੋਲੇ ਨਾ ਉਹ ਗੱਭਰੂ ਜਵਾਨ ਪੁੱਤ ਨਸ਼ਿਆਂ 'ਚ ਪੈ ਕੇ ਕੋਈ ਰੋਲੇ ਨਾ ਜਵਾਨੀ ਔਰ ਰੱਬਾ ਕੋਈ ਮਟਿਆਰ ਪੱਗ ਮਾਪਿਆਂ ਦੀ ਮਿੱਟੀ ਵਿੱਚ ਰੋਲੇ ਨਾ ਰੱਬਾ ਕੋਈ ਮਟਿਆਰ ਪੱਗ ਮਾਪਿਆਂ ਦੀ ਮਿੱਟੀ ਵਿੱਚ ਰੋਲੇ ਨਾ ਔਰ ਬਹੁਤ ਸ਼ੁਕਰੀਆ ਇੱਕ ਮਿੰਟ ਵਨ ਮਿੰਟ ਔਰ ਸਾਡਾ ਵੀਰਾ ਮੀਆਂ ਕਾਸਮ ਚੁਰੰਜਾ ਸ਼ੰਕਰ ਤੋਂ ਸਾਡਾ ਸ਼ਦਾਦਾ ਵੀਰ ਇਸ ਭਰਾ ਦੀ ਨਸਰ ਅੱਲਾ ਪਾਕ ਵੀਰ ਨੂੰ ਸਲਾਮਤ ਰੱਖੇ ਟਿਕਟੋਕ ਦੀ ਦੁਨੀਆਂ 'ਤੇ ਵੀ ਇਸ ਵੇਲੇ ਛਾਇਆ ਪਿਆ ਸਾਡਾ ਇਹ ਮੀਆਂ ਕਾਸਮ ਮੀਆਂ ਕਾਸਮ ਕਹਿੰਦੇ ਕਿ ਬੇਹਿਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਤੇ ਮੰਜ਼ਲ ਤੇ ਤਖਤੀ ਲੱਗਦੀ ਉਹਨਾਂ ਦੀ ਉਹ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ ਨਕਸ਼ਾ ਆਪਣੇ ਸਫ਼ਰਾਂ ਦਾ ਜੀ ਜੀ ਬੜੀ ਮਿਹਰਬਾਨੀ ਸ਼ੁਕਰੀਆ ਚੌਰੀ ਅਕਰਮ ਅਲੀ ਵਿਦੇਸ਼ਾ ਸਾਹਿਬ ਬੜੀ ਮਿਹਰਬਾਨੀ ਸ਼ੁਕਰੀਆ ਵੈਲ ਡਨ ਜ਼ਿੰਦਾਬਾਦ ਸਾਡੇ ਪ੍ਰਮੋਟਰਾਂ ਦੇ ਵਿੱਚ ਵੱਡਾ ਨਾਂ ਚੌਰੀ ਅਕਰਮ ਪਾਉ ਵਿਦੇਸ਼ਾ